ਜੋ ਜਿਹੜੀ ਇੱਕ ਐਮ.ਐਲ.ਏ ਬਲਜਿੰਦਰ ਕੌਰ ਉਹ ਗੁਣਗਾਨ ਕਰੀ ਜਾਂਦੀ ਐ ਕੇ ਜਿਹੜੀ ਵਾਲ ਦੇ ਕੇ ਮੈਨੂੰ ਜੀ ਉਹਨੇ ਐਮ.ਐਲ.ਏ ਬਣਾਇਆ ਹੁਣ ਭਲਈਏ ਮਾਨਸੇ ਤੁਹਾਨੂੰ ਪੁੱਛਣ ਆਲਾ ਹੋਵੇ ਐਮ.ਐਲ.ਏ ਤੁਹਾਨੂੰ ਲੋਕਾਂ ਨੇ ਬਣਾਇਆ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਨੇ ਕੇਜਰੀਵਾਲ ਨੇ ਤਾਂ ਹੋਰਾਂ ਨੂੰ ਵੀ ਸਰਾ ਟਟਾਂ ਤੱਕ ਸੀ ਉਹਨੂੰ ਜਿੱਤ ਗਏ ਫਿਰ ਅਸਲੇ ਦਾ ਸਾਥ ਨਹੀਂ ਛੱਡਿਆ ਜਾ ਸਕਦਾ ਕਦੇ ਵੀ ਕਿਉਂਕਿ ਹੁਣ ਆਪਾਂ ਇੱਥੇ ਬੈਠੇ ਆਂ ਦੇਖੋ ਰਾਤ ਦਾ ਟਾਈਮ ਐ ਝੀਲ ਦੇ ਕੰਡੇ ਤੇ ਆਪਾਂ ਬੈਠੇ ਆਂ ਤੁਸੀਂ ਦੇਖ ਰਹੇ ਹੋ ਕਿ ਆਸੇ ਪਾਸੇ ਮੁੰਡੇ ਜਿਹੜੇ ਮੇਰੇ ਖੜੇ ਉਹ ਅਸਲੇ ਵਾਲੇ ਖੜੇ ਆ ਸੋ ਇਹ ਮੈਂ ਜੇ ਵੇਸਲਾ ਹੋਊਂਗਾ ਤਾਂ ਅੱਗੇ ਮੈਂ ਵੇਸਲਾ ਹੋ ਕੇ ਦੋ ਵਾਰੀ ਜਿਹੜਾ ਮੈਂ ਵਾਰ ਖਾ ਚੁੱਕਿਆ ਹਮਲਾ ਤੇ ਪੁਲਿਸ ਵਾਲੇ ਵੀ ਹੋ ਸਕਦਾ ਹੈ ਜਾਂ ਜਿਹੜੇ ਪੋਲੀਟੀਕਲ ਬੰਦੇ ਨੇ ਉਹ ਵੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਰਵਾ ਸਕਦੇ ਨੇ ਕਿਸੇ ਐਸਐਚਓ ਨਾਲ ਕੋਈ ਮਾੜੀ ਮੁਰਤੀ ਟਕਰਾਰ ਵਾਜੀ ਹੋ ਗਈ ਸੀ ਹਿੰਦਰ ਕੁਮਾਰ ਐਸਐਚਓ ਹੁੰਦੇ ਸੀ ਉਹਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਗੁੰਡਾ ਇੱਕੋ ਹੀ ਹੁੰਦਾ ਹੈ ਜਾਂ ਤਾਂ ਤੂੰ ਇੱਥੇ ਰਹੇਗਾ ਤੇਰੀ ਗੁੰਡਾਗਰਦੀ ਚੱਲੂਗੀ ਏਰੀਆ 'ਚ ਤੇ ਜਾਂ ਸਾਡੀ ਚੱਲੂ ਵੀ ਜੇ ਸਾਨੂੰ ਕਿਤੇ ਕੋਈ ਨਸ਼ਾ ਤਸਕਰ ਕੋਈ ਸਾਨੂੰ ਵੇਚਦਾ ਦਿਖਾਈ ਦਿੰਦਾ ਤੇ ਫੜ ਕੇ ਪਹਿਲਾਂ ਕਟਾਪਾ ਚਾੜਨਾ ਇਤਿਹਾਸ ਰਿਹਾ ਕਿ ਸਾਡੇ ਸਮਾਜ 'ਚ ਸਰਕਾਰਾਂ ਤੈਅ ਕਰਦੀਆਂ ਆਈਆਂ ਕਿ ਸਾਡੇ ਨਾਇਕ ਕੌਣ ਹੋਣਗੇ ਸਾਨੂੰ ਆਪ ਮੁਹਾਰੇ ਨਹੀਂ ਹੁੰਦਿੱਤਾ ਜਾਂਦਾ ਤੇ ਨਾਇਕ ਸਰਕਾਰਾਂ ਤੈਅ ਕਰਕੇ ਸਾਨੂੰ ਆਪਣੇ ਹਿਸਾਬ ਨਾਲ ਮੋੜਦੀਆਂ ਆਈਆਂ ਇਸੇ ਸਿਸਟਮ 'ਚੋਂ ਨਾਇਕ ਖਲਨਾਇਕ ਬਣਦੇ ਆ ਪਰ ਕਈ ਵਾਰੀ ਖਲਨਾਇਕ ਨਾਇਕ ਵੀ ਬਣ ਜਾਂਦੇ ਆ ਮੈਂ ਗੱਲ ਕਰ ਰਿਹਾ ਮਾਲਵੇ ਦਾ ਇੱਕ ਨੌਜਵਾਨ ਜੋ ਖਲਨਾਇਕੀ ਦੇ ਚਰਮ ਤੇ ਗਿਆ ਤੇ ਹੁਣ ਵਾਪਸ ਆਇਆ ਮੁਖਤਾਰਾ ਚ ਪਰਤਿਆ ਤਾਂ ਕੀ ਲੋਕ ਉਹਨੂੰ ਬਰਦਾਸ਼ਤ ਕਰ ਰਿਹਾ ਕਿ ਨਹੀਂ ਗੱਲ ਲੱਖਾਂ ਸਿਧਾਨਾਂ ਦੀ ਕਰ ਰਹੇ ਆ ਸਾਡੇ ਨਾਲ ਮੌਜੂਦ ਨੇ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਲਵਾਂਗੇ ਸਭ ਤੋਂ ਪਹਿਲਾਂ ਭਾਜੀ ਸਵਾਗਤ ਹੈ ਡੇਲੀ ਪੋਸਟ ਤੇ ਧੰਨਵਾਦ ਬਾਈ ਜੀ ਬਰਦਾਸ਼ਤ ਕਰ ਰਹੇ ਆ ਜਦੋਂ ਖਲਨਾਈਕੀ ਤੋਂ ਨਾਇਕਵਾਲ ਆਏ ਹੋ ਜਿਹੜੇ ਮੁਖਤਾਰਾਂ ਨੂੰ ਚਲਾਉਣ ਵਾਲੀਆਂ ਸਟੈਬਲਿਸ਼ਮੈਂਟਾਂ ਹੋਣ ਸਮਾਜ ਦੇ ਲੋਕ ਹੋਣ ਜਿਹੜੇ ਮੂਰੇ ਆ ਕੇ ਕਹਿੰਦੇ ਕਿ ਅਸੀਂ ਸਮਾਜ ਦੇ ਲੰਬਰਦਾਰਾਂ ਤੁਹਾਨੂੰ ਬਰਦਾਸ਼ਤ ਕਰ ਰਹੇ ਹੋ ਦੇਖੋ ਜਿਹੜੇ ਤਾਂ ਚੋਰ ਐ ਉਹ ਤਾਂ ਨਹੀਂ ਬਰਦਾਸ਼ਤ ਕਰਨਗੇ ਪਰ ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆ ਉਹ ਬਹੁਤ ਪਿਆਰ ਕਰਦੇ ਆ ਬਹੁਤ ਜ਼ਿਆਦਾ ਮੇਰਾ ਹੌਸਲਾ ਵੀ ਵਧਾਉਂਦੇ ਆ ਚਾਹੇ ਹੋ ਨੌਜਵਾਨ ਹੋਣ ਮੇਰੇ ਨਾਲ ਤੁਰਨ ਵਾਲੇ ਹੋਣ ਆਸੇ-ਪਾਸੇ ਮੇਰੇ ਏਰੀਏ ਦੇ ਹੋਣ ਜਾਂ ਹੋਰ ਜ਼ਿਲ੍ਹਿਆਂ ਦੇ ਹੋਣ ਚਾਹੇ ਕੋਈ ਬਾਹਰ ਬੈਠੇ ਜਿਹੜੇ ਐਨ ਆਰ ਆਈ ਸੱਜਣ ਨੇ ਉਹ ਹੋਣ ਉਹ ਵੀ ਫੋਨ ਕਰਕੇ ਬਹੁਤ ਜ਼ਿਆਦਾ ਮੇਰਾ ਹੌਸਲਾ ਵਧਾਉਂਦੇ ਆ ਤੇ ਹਰ ਪ੍ਰਕਾਰ ਦੀ ਉਹ ਮਦਦ ਕਰਨ ਨੂੰ ਵੀ ਤਿਆਰ ਨੇ ਪਰ ਜਿਹੜੇ ਲੋਕ ਜਿਨ੍ਹਾਂ ਦੀਆਂ ਅੱਖਾਂ ਜਿਵੇਂ ਚੁਬਦਾ ਜਿਨ੍ਹਾਂ ਨੂੰ ਇਹ ਲੱਗਦਾ ਵੀ ਯਾਰ ਕੱਲ ਨੂੰ ਸਾਡਾ ਇਹ ਪਰਦਾ ਫਾਸ਼ ਕਰ ਸਕਦਾ ਜਾਂ ਸਾਡੇ ਲਈ ਇਹ ਕੱਲ ਨੂੰ ਆਨਲਾਈਨ ਟਾਈਮ ਦੇ ਵਿੱਚ ਇੱਕ ਸਾਡੇ ਮੁਰੇ ਇਹ ਖੜਾ ਹੋ ਸਕਦਾ ਸੋ ਉਹ ਨਹੀਂ ਬਰਦਾਸ਼ਤ ਕਰਦੇ ਚਾਹੇ ਉਹ ਸਰਕਾਰਾਂ ਹੋਣ ਚਾਹੇ ਹੁਣ ਜਿਹੜੀ ਰੂਲਿੰਗ ਪਾਰਟੀ ਸਰਕਾਰ ਆ ਕਾਂਗਰਸ ਹੋਵੇ ਚਾਹੇ ਕਾਲੀ ਦਲ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਪ੍ਰਸ਼ਾਸਨਿਕ ਬੰਦੇ ਹੋਣ ਜਿਵੇਂ ਕਿ ਆਪਾਂ ਪੁਲਿਸ ਦੀ ਗੱਲ ਕਰ ਲਈ ਕਿਉਂਕਿ ਜਿਆਦਾਤਰ ਮੈਂ ਸਾਰੀ ਪੁਲਿਸ ਤਾਂ ਨਹੀਂ ਕਹੂੰਗਾ ਪਰ ਜਿਆਦਾਤਰ ਪੁਲਿਸ ਵੀ ਜਿਹੜੀ ਉਹ ਚੋਰ ਹੀ ਇੱਕ ਤਰ੍ਹਾਂ ਦੀ ਸੋ ਉਹ ਨਹੀਂ ਪਸੰਦ ਕਰਦੇ ਅਸਲਾ ਰੱਖਣਾ ਕਿੰਨਾ ਲਾਜ਼ਮੀ ਹੋ ਜਾਂਦਾ ਜਦੋਂ ਤੁਸੀਂ ਉਹੋ ਜੀ ਦੁਨੀਆ ਚ ਵਿਚਰਦੇ ਸੀਗੇ ਉਦੋਂ ਬਹੁਤ ਲਾਜ਼ਮੀ ਸੀ ਇੱਕ ਡਰ ਰਹਿੰਦਾ ਹੈ ਵਿਰੋਧੀ ਰਹਿੰਦੇ ਹੈ ਜਦੋਂ ਹੁਣ ਉਸ ਤੋਂ ਬਾਹਰ ਆ ਗਏ ਹੋ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜ਼ਿੰਦਗੀ ਪਰ ਨਾਲ ਚੱਲਣਗੀਆਂ ਕੁਝ ਚੀਜ਼ਾਂ ਦਾ ਸਾਥ ਛੱਡਿਆ ਨਹੀਂ ਜਾ ਸਕਦਾ ਨਹੀਂ ਅਸਲੇ ਦਾ ਸਾਥ ਨਹੀਂ ਛੱਡਿਆ ਜਾ ਸਕਦਾ ਕਦੇ ਵੀ ਕਿਉਂਕਿ ਹੁਣ ਆਪਾਂ ਇੱਥੇ ਬੈਠੇ ਆਂ ਦੇਖੋ ਰਾਤ ਦਾ ਟਾਈਮ ਹੈ ਝੀਲ ਦੇ ਕੰਢੇ ਤੇ ਆਪਾਂ ਬੈਠੇ ਆਂ ਤੁਸੀਂ ਦੇਖ ਰਹੇ ਹੋ ਕਿ ਆਸੇ ਪਾਸੇ ਮੁੰਡੇ ਜਿਹੜੇ ਮੇਰੇ ਖੜੇ ਉਹ ਅਸਲੇ ਵਾਲੇ ਖੜੇ ਆ ਸੋ ਇਹ ਮੈਂ ਜੇ ਵੇਸਲਾ ਹੋਊਂਗਾ ਤਾਂ ਅੱਗੇ ਮੈਂ ਵੇਸਲਾ ਹੋ ਕੇ ਦੋ ਵਾਰੀ ਜਿਹੜਾ ਮੈਂ ਵਾਰ ਖਾ ਚੁੱਕਿਆ ਹਮਲਾ ਮੇਰੇ ਤੇ ਦੋ ਵਾਰੀ ਹੋਇਆ ਹੈ ਸੋ ਮੈਂ ਵੇਸਲਾ ਨਹੀਂ ਹੋਣਾ ਚਾਹੁੰਦਾ ਬਾਕੀ ਹੁਣ ਤਾਂ ਜਿਹੜੀ ਮੇਰੀ ਦੁਸ਼ਮਣੀਆਂ ਹੋਰ ਹਿਸਾਬ ਦੀ ਹੋ ਗਈ ਨਾ ਹੁਣ ਤਾਂ ਮੇਰੇ ਦੁਸ਼ਮਣ ਵੀ ਜਿਹੜੇ ਪੋਲਿਟੀਕਲ ਬੰਦੇ ਨੇ ਉਹ ਵੀ ਮਰੇ ਦੁਸ਼ਮਣ ਬਣ ਗਏ ਜਿੰਨਾਂ ਦੇ ਮੈਂ ਖਿਲਾਫ ਬੋਲਦਾ ਇੱਕ ਪਾਸੇ ਜਿਹੜੀ ਪੁਲਿਸ ਵਾਲੇ ਨੇ ਉਹ ਵੀ ਮੈਨੂੰ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਜਿਹੜੀ ਮੈਂ ਸਚਾਈ ਆ ਹਮੇਸ਼ਾ ਮੈਂ ਚੈਨਲਾਂ ਤੇ ਬੋਲਿਆ ਚਾਹੀ ਮੈਂ ਸਟੇਜਾਂ ਤੇ ਬੋਲਿਆ ਚਾਹੀ ਨਸ਼ੇ ਦੀ ਗੱਲ ਹੋਵੇ ਚਾਹੀ ਉਹ ਤੋਂ ਪਹਿਲਾਂ ਜਿਹੜੇ ਫੇਕ ਐਨਕਾਊਂਟਰ ਹੋਏ ਮੁੰਡਿਆਂ ਦੇ ਉਹਨਾਂ ਦੀ ਮੈਂ ਗੱਲ ਕੀਤੀ ਸੀਗੀ ਵੀ ਇਹ ਝੂਠੇ ਪੁਲਿਸ ਮੁਕਾਬਲੇ ਕੀਤੇ ਆ ਪੁਲਿਸ ਨੇ ਚਾਹੀ ਤਾਂ ਮੈਂ ਉਹਦੇ ਜੀ ਵੀ ਕਿਹਾ ਵੀ ਇਹਦੀ ਪੁਲਿਸ ਦੀ ਸ਼ਮੂਲੀਅਤ ਤੋਂ ਬਿਨਾਂ ਨਸ਼ੇ ਦੀ ਵਿਕਰੀ ਪੰਜਾਬ 'ਚ ਨਹੀਂ ਹੋ ਸਕਦੀ। ਸੋ ਕਿਤੇ ਨਾ ਕਿਤੇ ਮੈਨੂੰ ਇਹ ਵੀ ਹੈਗਾ ਕਿ ਕਿਤੇ ਨਾ ਕਿਤੇ ਪੁਲਿਸ ਵਾਲੇ ਵੀ ਹੋ ਸਕਦਾ ਹੈ ਜਾਂ ਜਿਹੜੇ ਪੋਲੀਟੀਕਲ ਬੰਦੇ ਨੇ ਉਹ ਵੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਰਵਾ ਸਕਦੇ ਨੇ ਕਿਉਂਕਿ ਉਹਨਾਂ ਨੂੰ ਇਹ ਹੋਣਾ ਵੀ ਯਾਰ ਪਊਗਾ ਤਾਂ ਇਹ ਗੈਂਗਬਾਰ ਦੀ ਉਸ ਲਾਈਨ 'ਚ ਹੀ ਆ ਜਾਣਾ ਵੀ ਯਾਰ ਗੈਂਗਸਟਰ ਸੀਗਾ ਤੇ ਗੈਂਗਬਾਰ ਦੀ ਭੇਣ ਚੜ ਗਿਆ ਵੀ ਖਾਤੇ ਕਿਸੇ ਪੈਣਾ ਨਹੀਂ ਹੈ। ਸੋ ਇਸ ਲਈ ਮੈਨੂੰ ਬਈ ਜਿਹੜੀ ਅਸਲ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਮੈਂ ਅਸਲ ਇਹ ਬਿਨਾਂ ਨਹੀਂ ਕਿਤੇ ਜਾ ਸਕਦਾ ਜਿਹੜਾ ਗੈਂਗਸਟਰ ਵਾਲਾ ਟੈਗ ਹੈ ਤੁਹਾਨੂੰ ਲੱਗਦਾ ਹਟ ਗਿਆ ਹੁਣ ਜਦੋਂ ਤੁਸੀਂ ਇੰਨੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕ ਰਹੇ ਹੋ ਪੰਜਾਬੀਆਂ ਦਾ ਚੁੱਕ ਰਹੇ ਹੋ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਹੋ ਹੁਣ ਤੁਸੀਂ ਉਹ ਟੈਗ ਹਟ ਗਿਆ ਕਿ ਨਾਲ ਹੀ ਜਾਂਦਾ ਇਹ ਨਹੀਂ ਦੇਖੋ ਜਿਹੜਾ ਤਾਂ ਲੋਕ ਨੇ ਜਿਹੜੇ ਮੇਰੇ ਨਾਲ ਵਿਚਰਦੇ ਨੇ ਜਾਂ ਮੇਰੇ ਕਿਸੇ ਕੰਮਕਾਰ ਨੂੰ ਦੇਖਦੇ ਨੇ ਉਹ ਤਾਂ ਠੀਕ ਆ ਉਹਨਾਂ ਨੇ ਤਾਂ ਤਸلیم ਕਰ ਲਿਆ ਵੀ ਇਹ ਠੀਕ ਹੈ ਮੁਖਤਾਰਾ ਚ ਆ ਗਿਆ ਪਰ ਹੁਣ ਤੁਸੀਂ ਵੀ মিডিਆ ਵਾਲੇ ਹੋ ਬਹੁਤੇ মিডিਆ ਵਾਲੇ ਹਲੇ ਹਲੇ ਵੀ ਨਹੀਂ ਹਟਦੇ ਉਹ ਹੁਣ ਗੈਂਗਸਟਰ ਤੋਂ ਸਾਬਕਾ ਗੈਂਗਸਟਰ ਲਿਖਣ ਲੱਗ ਗਏ ਹਨ ਸੋ ਦੇਖੋ মিডিਆ ਨੂੰ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਮਸਾਲਾ ਮਸਾਲਾ ਲਾਏ ਬਿਨਾ ਕੋਈ ਵੀ ਖਬਰ ਹੈ ਜਿਹੜੀ ਚੱਲਦੀ ਨਹੀਂ ਕੁਝ ਵੈਸੀ ਜਿਹੜੇ ਕੁਝ ਪੱਤਰਕਾਰ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਦੇ ਇੱਕ ਦੋ ਰੇਡ ਗੋ ਰੂਡੋ ਵਾਲੇ ਹੈਗੇ ਆ ਉਹ ਨਿੱਜੀ ਵੀ ਮੇਰ ਨਾਲ ਰੱਖਦੇ ਨੇ ਕੁਝ ਗੱਲਾਂ ਇਹ ਜਿਹੀਆਂ ਵੀ ਹੈਗੀਆਂ ਨੇ ਉਹ ਵੀ ਫਿਰ ਉਸ ਤਰੀਕੇ ਨੂੰ ਵਧਾ ਚੜਾ ਕੇ ਪੇਸ਼ ਕਰਦੇ ਆ ਸੋ ਮੈਂ ਨਹੀਂ ਭਾਈ ਇਸ ਗੱਲ ਨੂੰ ਤੁਹਾਡੇ ਸਾਹਮਣੇ ਰੱਖੂੰਗਾ ਕਿ ਮੈਨੂੰ ਲੋਕ ਅੱਜ ਗੈਂਗਸਟਰ ਦੇ ਰੂਪ ਚ ਦੇਖਦੇ ਨੇ ਜਾਂ ਮੈਨੂੰ ਇੱਕ ਸਮਾਜ ਸੇਵਕ ਦੇ ਰੂਪ ਚ ਤੁਹਾਨੂੰ ਤਕਲੀਫ ਨਹੀਂ ਹੁੰਦੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਦੋਂ ਰਾਹ ਸਹੀ ਤੇ ਪੈ ਗਏ ਆ ਤਾਂ ਫਿਰ ਸਿੱਧੇ ਰਾਹ ਵਾਲੀ ਗੱਲ ਹੋਣੀ ਚਾਹੀਦੀ ਹੈ ਲੋਕਾਂ ਵੱਲੋਂ ਵੀ ਨਹੀਂ ਮੈਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਕਿ ਕੋਈ ਮੈਨੂੰ ਕੀ ਕਹਿੰਦਾ ਹੈ ਗੈਂਗਸਟਰ ਕਹਿ ਰਿਹਾ ਕਿ ਮੈਨੂੰ ਸਮਾਜ ਸੇਵਕ ਕਹਿ ਰਿਹਾ ਮੈਂ ਆਪਣਾ ਕੰਮ ਕਰ ਰਿਹਾ ਹਾਂ ਆਪਣੀ ਚਾਲ ਨਾਲ ਮੈਂ ਚੱਲ ਰਿਹਾ ਹਾਂ ਆਪਣੀ ਮਸਤੀ ਚ ਮੈਂ ਜਾ ਰਿਹਾ ਮੈਨੂੰ ਜੋ ਚੰਗਾ ਲੱਗਦਾ ਜੋ ਪੰਜਾਬ ਦੀ ਭਲਾਈ ਲਈ ਪੰਜਾਬ ਦੀ ਬਿਹਤਰੀ ਲਈ ਮੈਂ ਜੋ ਕਰ ਸਕਦਾ ਹਾਂ ਮੈਂ ਕਰ ਰਿਹਾ ਹਾਂ ਸੋ ਮੈਂ ਇਹ ਗੱਲਾਂ ਦੇਖਦਾ ਵੀ ਅੱਜ ਮੈਨੂੰ ਕੌਣ ਕੀ ਐਂ ਤਾਂ ਫਿਰ ਜੇ ਮੈਂ ਇਸ ਤਰ੍ਹਾਂ ਲੋਕਾਂ ਦੀਆਂ ਗੱਲਾਂ ਸੁਣਨ ਲੱਗਾ ਤਾਂ ਫਿਰ ਮੈਂ ਚੱਲ ਨਹੀਂ ਸਕਦਾ ਬਹੁਤ ਤਰ੍ਹਾਂ ਦੀ ਦੁਨੀਆ ਹੁੰਦੀ ਹੈ ਇੱਥੇ ਮੈਂ ਤਾਂ ਕਿਹਦਾ ਪਾਣੀ ਹਾਰ ਐ ਇੱਥੇ ਲੋਕਾਂ ਨੇ ਬਾਬੇ ਨਾਨਕ ਵਰਗਿਆਂ ਨੂੰ ਵੀ ਰੱਖਿਆ ਉਹਨਾਂ ਨੂੰ ਵੀ ਮਾੜੇ ਕਹੇ ਗਏ ਉਹਨਾਂ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਮਾੜਾ ਕਿਹਾ ਗਿਆ ਸੋ ਮੈਂ ਗੱਲ ਹੀ ਕਦੇ ਪ੍ਰਵਾਨ ਨਹੀਂ ਕੀਤੀ ਜਿਆਦਾ ਖਤਰਨਾਕ ਦੁਸ਼ਮਣ ਕਿਹੜਾ ਸੀ ਜਿਹੜਾ ਪਹਿਲਾਂ ਦੇ ਸਮੇਂ 'ਚ ਸਾਹਮਣੇ ਹੁੰਦਾ ਸੀ ਕਿ ਜਿਹੜਾ ਹੁਣ ਸਿਆਸੀ ਬਣ ਗਿਆ ਜਾਂ ਜਿਹੜਾ ਪਰਦੇ ਤੋਂ ਪਿੱਛੇ ਹੋ ਕੇ ਵਾਰ ਕਰ ਰਿਹਾ ਜਿਹੜਾ ਹੁਣ ਪਹਿਲਾਂ ਨਾਲ ਤਾਂ ਮੈਨੂੰ ਪਤਾ ਹ ਮੇਰੇ ਤੇ ਕਿਹੜਾ ਬੰਦਾ ਅਟੈਕ ਕਰ ਸਕਦਾ ਕਿਵੇਂ ਹਮਲਾ ਕਰ ਸਕਦਾ ਮੈਂ ਸचेत ਰਹਿ ਸਕਦਾ ਸੀ ਉਹ ਤੋਂ ਹੁਣ ਵਾਲੇ ਦੁਸ਼ਮਣ ਤੋਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਕਿ ਕਿਸ ਤਰੀਕੇ ਨਾਲ ਮੈਨੂੰ ਲਪੇਟੇ ਚ ਲੈ ਲੈਣਾ ਕਿਉਂਕਿ ਅਸਲ ਨਾ ਅਸਲ ਸੋਨ ਮੈਂ ਇੱਕ ਕਹਾਣੀ ਸੁਣਾਉਣਾ ਕਿ ਮੇਰੀ ਨਾ ਕਿਤੇ ਕਿਸੇ ਐਸਐਚਓ ਨਾਲ ਕੋਈ ਮਾੜੀ-ਮੋਟੀ ਤਕਰਾਰਵਾਜੀ ਹੋ ਗਈ ਸੀਗੀ ਮਹਿੰਦਰ ਕੁਮਾਰ ਐਸਐਚਓ ਹੁੰਦੇ ਸੀ ਉਹਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਗੁੰਡਾ ਇੱਕੋ ਹੀ ਹੁੰਦਾ ਜਾਂ ਤਾਂ ਤੂੰ ਇੱਥੇ ਰਹੇਗਾ ਤੇਰੀ ਗੁੰਡਾਗਰਦੀ ਚੱਲੂਗੀ ਏਰੀਆ 'ਚ ਤੇ ਜਾਂ ਸਾਡੀ ਚੱਲੂ ਉਹ ਕਹਿੰਦਾ ਪੁਲਿਸ ਹੈ ਜਿਹੜੀ ਗੁੰਡੇ ਪੈਦਾ ਕਰਨ ਵਾਲੀ ਪੁਲਿਸ ਆ ਤੇ ਗੁੰਡਿਆਂ ਨੂੰ ਖਤਮ ਕਰਨ ਵਾਲੀ ਪੁਲਿਸ ਹੈ ਸੋ ਮੈਂ ਸਮਝਦਾ ਕਿ ਜੇ ਸਭ ਤੋਂ ਵੱਡਾ ਕੋਈ ਸਮਾਜ ਦੇ ਵਿੱਚ ਅੱਜ ਪੰਜਾਬ 'ਚ ਗੈਂਗਸਟਰ ਆ ਜਾਂ ਗੁੰਡਾ ਜਾਂ ਬਦਮਾਸ਼ ਆ ਉਹ ਪੋਲਿਟੀਕਲ ਬੰਦੇ ਤੇ ਪੁਲਿਸ ਆ ਇਹਨਾਂ ਤੋਂ ਵੱਡਾ ਕੋਈ ਬਦਮਾਸ਼ ਨਹੀਂ ਹੋ ਸਕਦਾ ਇਹ ਬਾਣਾ ਵੀ ਬਦਲ ਰਹੇ ਹੁਣ ਤੁਸੀਂ ਅਸੀਂ ਦੇਖਦੇ ਹਾਂ ਕਿ ਤੁਸੀਂ ਜਦੋਂ ਵੀ ਹੁਣ ਮੀਡੀਆ ਦੇ ਸਾਹਮਣੇ ਆਉਣੀਓ ਪਰਨੇ ਛੁੰਨੇਓ ਜਾਂ ਦਸਤਾਰ ਬੰਨੀ ਹੁੰਦੀ ਹੈ ਹੌਲੀ ਹੌਲੀ ਇਹ ਕੋਈ ਅੰਦਰੂਨੀ ਬਦਲਾਵ ਵੀ ਹੈਗਾ ਕੋਈ atheismਵਾਦ ਵਾਲਾ ਹੈ ਜਾਂ ਫਿਰ ਸਿਰਫ ਇਹ ਹੈ ਕਿ ਪੰਜਾਬੀਅਤ ਦੀ ਇੱਕ ਜਿਹੜੀ ਨਿਸ਼ਾਨੀ ਹੈ ਜਾਂ ਤੁਸੀਂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਨਹੀਂ ਚਲੋ ਮੈਂ ਸਿੱਖ ਪਰਿਵਾਰ ਨਾਲ ਸੰਬੰਧਤ ਤਾਂ ਹੈਗਾ ਹੀ ਆ ਪਰ ਜਿੱਥੋਂ ਤੱਕ ਦਸਤਾਰ ਦੀ ਗੱਲ ਆ ਜਾਂ ਪਰਨੇ ਦੀ ਗੱਲ ਆ ਇਹ ਇਹ ਸਾਨੂੰ ਵਿਰਸੇ 'ਚ ਮਿਲੀਆਂ ਹੋਈਆਂ ਨੇ ਸਾਨੂੰ ਬਰਾਸ 'ਚ ਮਿਲੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਸਾਡੇ ਪੁਰਖਿਆਂ ਵੱਲੋਂ ਇਸ ਨੂੰ ਸੋ ਮੇਰਾ ਰੁਝਾਨ ਇਸ ਕਰਕੇ ਵੀ ਹੈਗਾ ਕਿ ਮੈਂ ਚਲੋ ਸੀਗਾ ਜਦੋਂ ਤਾਂ ਮੰਦਿਰ ਮਤ ਸੀਗੇ ਉਦੋਂ ਠੀਕ ਆ ਸਿਰ ਮੈਂ ਗੰਜਾ ਵੀ ਕਰਾਉਂਦਾ ਸੀਗਾ ਜਮਾ ਮੈਂ ਉਸ ਤਰ੍ਹਾਂ ਵੀ ਲਵਾ ਕੇ ਰੱਖਦਾ ਸੀ ਸਿਰ ਤੇ ਸੋ ਹੁਣ ਮੈਨੂੰ ਲੱਗਦਾ ਕਿ ਹੌਲੀ ਹੌਲੀ ਜਿਹੜਾ ਮੈਨੂੰ ਜਿਹੜਾ ਮੇਰਾ ਅਸਲੀ ਰੂਪ ਹੈ ਜਿਹੜਾ ਸਾਡੇ ਚਾਹੇ ਗੁਰੂ ਸਹਿਬਾਨਾਂ ਵੱਲੋਂ ਦਿੱਤਾ ਗਿਆ ਜਾਇ ਸਾਨੂੰ ਬਰਾਸ ਚ ਮਿਲਿਆ ਤੇ ਉਹ ਮੈਨੂੰ ਬਣਾਉਣਾ ਚਾਹੀਦਾ ਇਹ ਤਾਂ ਨਹੀਂ ਕਿਤੇ ਕਿ ਸਿਆਸਤ ਚ ਆਉਣ ਦੀ ਤਿਆਰੀ ਹੋਵੇ ਤਾਂ ਇਹ ਚੀਜ਼ਾਂ ਅੱਜਕੱਲ ਕਿਹਾ ਜਾਂਦਾ ਨਾ ਕਿਉਂਕਿ ਜਿਹੜੇ ਵੀ ਪਹਿਲਾਂ ਕੇਸ ਕੱਟੇ ਹੋਏ ਸੀਗੇ ਜਿਹੜੇ ਜਿਹੜੇ ਸਿਆਸਤ ਚ ਆਏ ਉਹਨਾਂ ਨੇ ਦਸਤਾਰਾਂ ਜ਼ਰੂਰ ਬੰਨੀਆਂ ਮੈਂ ਨਾਂ ਨਹੀਂ ਲੈਣੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਪਤਾ ਹੈ ਕਿ ਕਿੰਨਾ ਦੀ ਮੈਂ ਗੱਲ ਕਰ ਰਿਹਾ ਦੇਖੋ ਭਾਈ ਜੀ ਮੈਂ ਇਹ ਗੱਲ ਸੰਦਸਨੀ ਚਾਹੁੰਦਾ ਕਿ ਬਹੁਤੇ ਬੰਦੇ ਇਸ ਤਰ੍ਹਾਂ ਦੇ ਕਲੀਨ ਸ਼ੇਪ ਵੀ ਹੈਗੇ ਨੇ ਤੇ ਜਿਨ੍ਹਾਂ ਦੇ ਸਿਰ ਤੇ ਪੱਗ ਵੀ ਨਹੀਂ ਹੈਗੀ ਉਹ ਵੀ ਸਿਆਸਤ ਚ ਹੈਗੇ ਨੇ ਸੋ ਬਹੁਤੇ ਬੰਦੇ ਇਹੋ ਜਿਹੇ ਵੀ ਹੈਗੇ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਵੇਂ ਉਹਨਾਂ ਨੇ ਸਿਆਸਤ ਚ ਆਉਣ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਸਿਰਾਂ ਦੇ ਪੱਗਾਂ ਮੰਨ ਲਈਆਂ ਸੋ ਮੈਂ ਇਹਨਾਂ ਗੱਲਾਂ 'ਚ ਬਹੁਤਾ ਵਿਸ਼ਵਾਸ ਨਹੀਂ ਰੱਖਦਾ ਮੈਂ ਇੱਕ ਬੇਬਾਕ ਜਾਂ ਤੇ ਫੱਕੇ ਵੱਢ ਜਾ ਬੰਦਾ ਜੋ ਮੇਰੇ ਦਿਲ 'ਚ ਆਉ ਮੇਰੀ ਜ਼ੁਬਾਨ 'ਚ ਹੈ ਜੋ ਮੈਂ ਸੱਚਾਈ ਤੁਹਾਨੂੰ ਦੱਸੂਗਾ ਮੈਨੂੰ ਇਹ ਗੱਲ ਮੈਨੂੰ ਕਦੇ ਵੀ ਝਿਜਕ ਨਹੀਂ ਹੈਗੀ ਕਿਉਂਕਿ ਮੈਂ ਜ਼ਿੰਦਗੀ ਦਾ ਹਰ ਰੰਗ ਦੇਖ ਚੁੱਕਿਆ ਹਾਂ ਮੌਤ ਵੀ ਮੈਂ ਬੜੀ ਨੇੜੇੋਂ ਤੱਕ ਚੁੱਕਿਆ ਹਾਂ ਤੇ ਜ਼ਿੰਦਗੀ ਦੇ ਹੋਰ ਰੰਗ ਵੀ ਮੈਂ ਸਿਆਸੀ ਬੰਦਿਆਂ ਨਾਲ ਹੀ ਬੜੀ ਮੇਰੀ ਨੇੜਤਾ ਰਹੀ ਹੈ ਤੇ ਹੋਰ ਖੇਤਰਾਂ ਦੇ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਬੰਦਿਆਂ ਨਾਲ ਮੇਰਾ ਵਾਹ ਪੈਂਦਾ ਰਹਿੰਦਾ ਸੋ ਮੈਨੂੰ ਲੱਗਦਾ ਨਹੀਂ ਕਿ ਯਾਰ ਮੈਂ ਲੋਕਾਂ ਨੂੰ ਬਾਕੀ ਤੁਸੀਂ ਬਾਈਕ ਵਿੱਚ ਹੋਰ ਗੱਲ ਮੈਂ ਹੁਣ ਦੱਸਣੀ ਚਾਹਨਾ ਲੋਕ ਅੱਜਕੱਲ ਸਿਆਣੇ ਹੋ ਗਏ ਆ ਹੂੰ ਤੁਸੀਂ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੇ ਸਿਆਸਤ ਦੀ ਤੁਸੀਂ ਗੱਲ ਕੀਤੀ ਹੈ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦਾ ਬਹੁਤ ਵਿਵਾਦ ਚੱਲ ਰਿਹਾ ਹੈ ਕੱਲ ਕਨਵੈਨਸ਼ਨ ਵੀ ਕਰ ਰਹੇ ਹੈ ਸੁਖਪਾਲ ਖਹਿਰਾ ਨਾਲੋਂ ਤੁਸੀਂ ਉਹਨਾਂ ਦੇ ਕਿਉਂਕਿ ਤੁਸੀਂ ਹਮੇਸ਼ਾ ਪੰਜਾਬੀਅਤ ਦੀ ਹੁਣ ਗੱਲ ਕਰਦੇ ਆਏ ਹੋ ਨਹੀਂ ਇਹ ਨਾ ਦੇਖੋ ਮੈਂ ਮੈਂ ਕਿਸੇ ਨਾ ਜਾਤੀ ਤੌਰ ਤੇ ਕਿਸੇ ਨਾਲ ਵੀ ਨਹੀਂ ਹੈਗਾ ਚਾਹੇ ਉਹ ਕਾਲੀ ਦਲ ਦਾ ਬੰਦਾ ਹੈ ਚਾਹੇ ਉਹ ਕਾਂਗਰਸ ਦਾ ਬੰਦਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੈ ਮੇਰੀ ਮੇਰੀ ਕੋਈ ਪਾਰਟੀ ਨਹੀਂ ਹੈ ਪਰ ਜਿਹੜਾ ਵੀ ਬੰਦਾ ਪੰਜਾਬ ਦੇ ਹਕੂਕਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਮੈਂ ਉਸ ਬੰਦੇ ਦੇ ਨਾਲ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਉਹ ਕਾਲੀ ਹੋ ਸਕਦਾ ਉਹ ਕਾਂਗਰਸ ਪਾਰਟੀ ਚ ਹੋ ਸਕਦਾ ਜਿਵੇਂ ਇੱਕ ਨਵਜੋਸ਼ ਸਿੱਧੂ ਨੇ ਪਿੱਛੇ ਜਿਹੜੇ ਆਪਣੇ ਵਿਭਾਗ ਦੇ ਵਿੱਚ ਪੰਜਾਬੀ ਬੋਲੀ ਨੂੰ ਲਾਗੂ ਕੀਤਾ ਮੈਂ ਕਹਣਾ ਉਹਦਾ ਸ਼ਲਾਘਾਯੋਗ ਕਦਮ ਹੈ ਤੇ ਮੈਂ ਉਹਨੂੰ ਮੁਬਾਰਕਬਾਦ ਦਿੰਦਾ ਇਸ ਗੱਲ ਦੇ ਲਈ ਚਾਹੇ ਉਹ ਕਾਂਗਰਸ ਦਾ ਬੰਦਾ ਜੋ ਵੀ ਚੰਗਾ ਕੰਮ ਕਰਦਾ ਪੰਜਾਬ ਦੇ ਲਈ ਹੁਣ ਜਦੋਂ ਆਪਾਂ ਖੈਰੇ ਦੀ ਗੱਲ ਕਰੀਏ ਕਿ ਖੈਰੇ ਨੇ ਜੇ ਅੱਜ ਗੱਲ ਪੰਜਾਬ ਦੇ ਹਿੱਤਾਂ ਦੀ ਕੀਤੀ ਹੈ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਕਰਕੇ ਖੈਰੇ ਨੂੰ ਅੱਜ ਖੁੰਝੇ ਲਾਇਆ ਜਾਂਦਾ ਸੋ ਮੈਂ ਬਹੁਤੀ ਉਮੀਦ ਨਹੀਂ ਰੱਖਦਾ ਦਿੱਲੀ ਵਾਲਿਆਂ ਤੋਂ ਕਿਉਂਕਿ ਦਿੱਲੀ ਨੇ ਹਮੇਸ਼ਾ ਹੀ ਪੰਜਾਬ ਨਾਲ ਦਗਾ ਕੀਤਾ ਤੇ ਸਾਨੂੰ ਉਮੀਦ ਰੱਖਣੀ ਵੀ ਨਹੀਂ ਚਾਹੀਦੀ ਬਹੁਤੇ ਹੁਣ ਲੋਕ ਅੱਜ ਮੈਂ ਸੁਣ ਰਿਹਾ ਸੀਗਾ ਉਹ ਜਿਹੜੀ ਇੱਕ ਐਮਐਲਏ ਬਰਜਿੰਦਰ ਕੌਰ ਉਹ ਗੁਣਗਾਨ ਕਰੀ ਜਾਂਦੀ ਆ ਕੇਜਰੀਵਾਲ ਦੇ ਕਿ ਮੈਨੂੰ ਜੀ ਉਹਨੇ ਐਮਐਲਏ ਬਣਾਇਆ ਹੁਣ ਭਲਈਏ ਮਾਨਸੇ ਤੁਹਾਨੂੰ ਪੁੱਛਣ ਆਲਾ ਹੋਵੇ ਐਮਐਲਏ ਤੁਹਾਨੂੰ ਲੋਕਾਂ ਨੇ ਬਣਾਇਆ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਨੇ ਕੇਜਰੀਵਾਲ ਨੇ ਤਾਂ ਹੋਰਾਂ ਨੂੰ ਵੀ ਥਰਾਂ ਟਟਾਂ ਤੱਕ ਅਸੀਂ ਉਹ ਨਹੀਂ ਜਿੱਤ ਗਏ ਫਿਰ ਉਹਨਾਂ ਨੂੰ ਕੇਜਰੀਵਾਲ ਨੇ ਐਮਐਲਏ ਬਣਾਤਾ ਸੋ ਨਹੀਂ ਜਿੱਥੇ ਸਾਡੇ ਪੰਜਾਬ ਦੀ ਗੱਲ ਆਉ ਸਾਡੀ ਪੰਜਾਬੀ ਜ਼ੁਬਾਨ ਦੀ ਸਾਡੇ ਵਿਰਸੇ ਸਾਡੇ ਧਰਮ ਸਾਡੀ ਧਰਤੀ ਦੀ ਗੱਲ ਆਉ ਸਾਨੂੰ ਪੰਜਾਬ ਨਾਲ ਖੜਨਾ ਚਾਹੀਦਾ ਹੈ ਸ਼ਰਦੋ ਦਿੱਲੀ ਦੋਲੀ ਰਾਂ ਦਾ ਖੜਾ ਬਸੇਰਾ ਅਸੀਂ ਦੇਖ ਲੈਣਾਂ ਲੇ ਲਾਰੇ ਸੋ ਇਹ ਜੇ ਅਸੀਂ ਇਹ ਮੈਂ ਕਹਿੰਨਾ ਕਿ ਮੈਂ ਜਿਹੜੀ ਮੈਂ ਆਪਦੇ ਤੌਰ ਤੇ ਗੱਲ ਕਹਿਣੀ ਚਾਹੁੰਨਾ ਕਿ ਜੇ ਪੰਜਾਬ ਨੂੰ ਬਚਾਉਣਾ ਇੱਕ ਤਾਂ ਸਾਨੂੰ ਨਾ ਮੈਂ ਮੈਂ ਦੇਖ ਰਿਹਾ ਕਿ ਸਾਡੇ ਜਿਹੜੇ ਆਗੂ ਲੋਕ ਨੇ ਨਾ ਇਹਨਾਂ 'ਚ ਹੌਮੇ ਬੜੀ ਆ ਹਰ ਬੰਦੇ ਨੂੰ ਇਹ ਆ ਕਿ ਯਾਰ ਮੈਂ ਆਪਣੀ ਚੌਧਰ ਚ ਮਕਾਵਾਂ ਦੇਖੋ ਜਿਹੜੀ ਖੈਰੇ ਦੀ ਗੱਲ ਹੈ ਖੈਰੇ ਨੇ ਕੁਝ ਗੱਲਾਂ ਦੇ ਵਿੱਚ ਚਾਹੇ 220 ਰੈਫਰੰਡਮ ਦੀ ਗੱਲ ਹੋਵੇ ਉਸ ਮਸਲੇ ਤੇ ਗੱਲ ਕੀਤੀ ਚਾਹੇ ਬਰਗਾੜੀ ਮੋਰਚੇ ਦੇ ਵਿੱਚ ਖੈਰੇ ਨੇ ਜਾ ਕੇ ਬੋਲਿਆ ਸੋ ਕਿਤੇ ਨਾ ਕਿਤੇ ਇਹ ਗੱਲਾਂ ਸੀ ਜਿਹੜੀਆਂ ਦੇਖੋ ਜੇ ਅੱਜ ਮੈਂ ਪੰਜਾਬ ਦਾ ਹੋ ਕੇ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰੂੰਗਾ ਤਾਂ ਲੱਖ ਲਾਨ ਤਾਂ ਫਿਰ ਮੇਰੇ ਪੰਜਾਬੀ ਹੋਣ ਤੇ ਮੈਂ ਕਿਉਂ ਝੋਲੀ ਚੁੱਕ ਬਣਾ ਦਿੱਲੀ ਵਾਲਾਂ ਦਾ ਜੇ ਖੈਰੇ ਨੇ ਬੇਵਾਕ ਹੋ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤਾਂ ਖੈਰੇ ਨੂੰ ਅੱਜ ਉਹਦਾ ਰਿਜ਼ਲਟ ਉਹਦਾ ਛਿੱਟਾ ਇਹ ਨਿਕਲਿਆ ਖੈਰੇ ਨੂੰ ਉਹਨਾਂ ਨੇ ਜਿਹੜਾ ਵਿਰੋਧੀ ਪਾਰਟੀ ਜਾਂ ਨੇਤਾ ਸੀ ਉਹ ਤੋਂ ਪਾਸੇ ਕਰਤਾ ਸੋ ਮੈਂ ਕਹਿਣਾ ਕਿ ਜਿਹੜੀ ਮੈਂ ਗੱਲ ਸੁਣਨਾ ਕਰਨੀ ਚਾਹੁੰਦਾ ਕਿ ਜਿਹੜੇ ਆਗੂ ਸਾਡੇ ਲੋਕ ਨੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਆਪਦੀਆਂ ਜਿਹੜੀਆਂ ਨਿੱਜੀ ਕਿਡਾਂ ਨੇ ਉਹ ਛੜੜੀਆਂ ਚਾਹੀਦੀਆਂ ਸਾਨੂੰ ਸਮਰਪਿਤ ਹੋਣਾ ਚਾਹੀਦਾ ਸਾਡੇ ਪੰਜਾਬ ਨੂੰ ਸਮਰਪਣ ਦੀ ਸਾਡੇ ਚ ਭਾਵਨਾ ਹੋਣੀ ਚਾਹੀਦੀ ਹੈ ਵੀ ਯਾਰ ਅਸੀਂ ਸਾਡਾ ਜੇ ਪੰਜਾਬ ਬਚਾਉਣਾ ਤਾਂ ਹੋਸਾਰਾ ਸਾਨੂੰ ਕਦੇ ਜਾਨ ਵੀ ਦੇਣੀ ਪੈ ਜੇ ਇਹ ਨਾ ਹੋਵੇ ਵੀ ਯਾਰ ਅਸੀਂ 14 ਚਮਕਾਉਣੀਆਂ ਨੇ ਮੈਂ ਲੀਡਰ ਬਣਨਾ ਕੋਈ ਕਹੇ ਮੈਂ ਮੁੱਖ ਮੰਤਰੀ ਬਣਨਾ ਕੋਈ ਕਹੇ ਮੈਂ ਮੰਤਰੀ ਬਣਨਾ ਉਵੇਂ ਨਹੀਂ ਸਾਨੂੰ ਚਾਹੇ ਉਹ ਖੈਰਾ ਚਾਹੇ ਉਹ ਭਗਵੰਤ ਮਾਨਾ ਚਾਹੇ ਉਹ ਡਾਕਟਰ ਗਾਂਧੀ ਆ ਚਾਹੇ ਉਹ ਬੈਂ ਸਰਗੇ ਨੇ ਚਾਹੇ ਉਹ ਨਵਜੋਤ ਸਿੱਧੂ ਆ ਚਾਹੇ ਕੋਈ ਵੀ ਆ ਉਹਨਾਂ ਬੰਦਿਆਂ ਨੂੰ ਮੈਂ ਜਿਹੜੀ ਮੈਂ ਅੱਜ ਸੋਚ ਰਿਹਾ ਜੇ ਤੁਸੀਂ ਪੰਜਾਬ ਨੂੰ ਬਚਾਉਣ ਦੇ ਪੰਜਾਬ ਦੇ ਚੰਗੇ ਬੰਦੇ ਆਪ ਦੀ ਜਿਹੜੀ ਈਗੋ ਨੂੰ ਛੱਡ ਕੇ ਇੱਕ ਫਰੰਟ ਤੇ ਇਕੱਠੇ ਹੋਣ ਤੇ ਪੰਜਾਬ ਦੀ ਪਾਰਟੀ ਬਣੇ ਪੰਜਾਬ ਦੇ ਲੋਕਾਂ ਦੀ ਸੋ ਮੈਂ ਕਹਿਣਾ ਕਿ ਮੁੱਖ ਮੰਤਰੀ ਕੀ ਆ ਤੁਹਾਡੀ ਇੱਕ ਮੈਂ ਠੀਕ ਆ ਹਰ ਬੰਦੇ ਦੀ ਇਹਨਾਂ ਦੀ ਇੱਕ ਲਾਲਸਾ ਹੁੰਦੀ ਆ ਕਿ ਯਾਰ ਮੈਂ ਮੰਤਰੀ ਬਣ ਜਾ ਮੈਂ ਮੁੱਖ ਮੰਤਰੀ ਬਣ ਜਾ ਹਨਾ ਹਰ ਬੰਦੇ ਦੇ ਵਿੱਚ ਇੱਕ ਚੀਜ਼ ਹੁੰਦੀ ਆ ਕਿ ਮੈਂ ਇੱਕ ਅਹੁਦੇ ਤੇ ਬਗ ਜਾ ਹਰ ਬੰਦੇ ਦੀ ਫਿਤਰਤ ਆ ਪਰ ਉਸ ਅਹੁਦੇ ਤੇ ਜਾ ਕੇ ਤੁਸੀਂ ਕੀ ਕਰਕੇ ਗਏ ਹੋ ਇਹ ਗੱਲ ਜਿਆਦਾ ਮੈਨੇ ਰੱਖਦੀ ਆ ਕਿ ਤੁਸੀਂ ਪੰਜਾਬ ਲਈ ਕੀ ਕੀਤਾ ਆਉਣ ਵਾਲੇ ਟਾਈਮ ਛੋੜਾ ਲੇਖਾ ਜੋਖਾ ਹੋਣਾ ਛੋੜਾ ਕੋਈ ਕਿਤਾਬ ਇਤਿਹਾਸ ਲਿਖਿਆ ਜਾਣਾ ਤਾਂ ਥੋਨੂੰ ਉੱਥੇ ਇਸ ਗੱਲ ਨੂੰ ਥੋਨੂੰ ਫਿਰ ਉਸ ਕਲਮਕਾਰ ਨੇ ਤੁਹਾਨੂੰ ਦੇਖਣਾ ਵੀ ਕਿਸ ਨਜ਼ਰ ਨਾਲ ਵੀ ਤੁਸੀਂ ਕੀ ਕੀਤਾ ਪੰਜਾਬ ਦੇ ਲਈ ਸੋ ਮੈਂ ਕਹਿਣਾ ਕਿ ਠੀਕ ਹੈ ਇਹ ਲਾਲਸਾ ਹੋ ਸਕਦਾ ਖੈਰੇ ਵਰਗਿਆਂ 'ਚ ਹੋ ਸਕਦਾ ਸਿੱਧੂ ਵਰਗਿਆਂ 'ਚ ਹੋ ਸਕਦਾ ਕਿਸੇ ਹੋਰ ਬੰਦੇ 'ਚ ਹੋ ਸਕਦਾ ਵੀ ਯਾਰ ਮੈਂ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਪਰ ਮੈਂ ਫੇਰ ਬਾਈ ਜੀ ਗੱਲ ਕਹਿਣਾ ਕਿ ਅੱਜ ਪੰਜਾਬ ਨੂੰ ਅਸਲ ਲੀਡਰਾਂ ਦੀ ਲੋੜ ਹੈ ਅਸਲ ਲੀਡਰ ਕਹਿੰਦੇ ਆ ਨਾ ਅੱਜਕੱਲ ਲੀਡਰ ਨੇ ਜਿਹੜੇ ਉਹ ਅੱਜਕੱਲ ਲੀਡਰ ਜੰਮ ਰਹੇ ਨੇ ਪੈਦਾ ਨਹੀਂ ਹੋ ਰਹੇ ਹੂੰ ਤੋਪੇ ਜਾਂਦੇ ਨੇ ਅਸਲ ਤਾਂ ਲੀਡਰਸ਼ਿਪ ਸਾਡੇ ਹਰੀ ਸਿੰਘ ਨਲੂਏ ਵਰਗੇ ਬੰਦਾ ਸਿੰਘ ਬਹਾਦਰ ਵਰਗੇ ਭਗਤ ਸਰਾਬੇ ਵਰਗੇ ਜਿਹੜੇ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਕਿਉਂਕਿ ਉਹਨਾਂ ਨੇ ਆਪ ਦਾ ਨਿੱਜੀ ਹਿੱਤ ਨਹੀਂ ਦੇਖਿਆ ਉਹਨਾਂ ਨੇ ਹਮੇਸ਼ਾ ਤਰਜੀਹ ਦਿੱਤੀ ਆ ਆਪਣੇ ਦੇਸ਼ ਨੂੰ ਆਪਦੀ ਕੌਮ ਨੂੰ ਆਪਣੇ ਲੋਕਾਂ ਨੂੰ ਤੇ ਅੱਜ ਵੀ ਸਾਡੇ ਦਿਲਾਂ 'ਚ ਬਸਦੇ ਨੇ ਉਹ ਲੀਡਰਸ਼ਿਪ ਦੀ ਸਾਡੇ ਪੰਜਾਬ ਤੋਂ ਬਹੁਤ ਵੱਡੀ ਘਾਟ ਪੈ ਗਈ ਜਿਹੜੇ ਇਹ ਵੀ ਕਹਿੰਦੇ ਵੀ ਰਾਜ ਨਹੀਂ ਜੀ ਸੇਵਾ ਹਨਾ ਇਹ ਨਾਰਾ ਦਾਕਾਲੀਆਂ ਦਾ ਵੀ ਇਹ ਸੀਗਾ ਵੀ ਰਾਜ ਨਹੀਂ ਅਸੀਂ ਕਰਨਾ ਇਹ ਸੇਵਾ ਕਰਨ ਆਏ ਆ ਲੋਕਾਂ ਦੇ ਪਰ ਨਹੀਂ ਇਹ ਤਾਂ ਭਾਈ ਜੀ ਜਿਹੜਾ ਬੰਦੇ ਦਾ ਦਾ ਲੱਗ ਜਾਂਦਾ ਯਾਰ ਹੁਣ ਕਾਂਗਰਸਿਆਂ ਦਾ ਦਾ ਲੱਗ ਗਿਆ ਹੁਣ ਨਵੀਂ ਗੱਲ ਸੁਣ ਲੋ ਲੈ ਕਾਂਗਰਸਿਆਂ ਦਾ ਕੀ ਸਿਸਟਮ ਹੈ ਇਹਨਾਂ ਨੇ ਹੁਣ ਜਿਹੜੇ ਇਹਨਾਂ ਦੇ ਐਮਐਲਏ ਐ ਜਿੱਤੇ ਹੋਏ ਆ ਹਾਰੇ ਹੋਏ ਆ ਕੋਈ ਹਲ ਕੰਮ ਚਾਰਜ ਲਾ ਰੱਖਿਆ ਉਹਨਾਂ ਨੇ ਤਹਿਸੀਲਾਰਾਂ ਦਾ ਹਿੱਸੇ ਬੰਦ ਲਏ ਹਮ ਪਰਿਵਾਰੀਆਂ ਦਾ ਹਿੱਸੇ ਬੰਦ ਲਏ ਥਾਣੇਦਾਰਾਂ ਦੇ ਜਿਹੜੇ ਐਸਐਚਓ ਲੱਗੇ ਹੋਏ ਆ ਥਾਣਿਆਂ ਦੇ ਉਹਨਾਂ ਨੇ ਹਿੱਸੇ ਬੰਦ ਲਏ ਵੀ ਜੇ ਤੁਸੀਂ ਭਾਈ 5 ਲੱਖ ਮਹੀਨੇ ਦਾ ਕਮੋਨਾ 2.5 ਲੱਖ ਸਾਨੂੰ ਦੇ ਜਾ ਕਰੋ ਹੁਣ ਇਹ ਇਸ ਤਰ੍ਹਾਂ ਲੁੱਟਣ ਤੇ ਹੋ ਗਏ ਆ ਹੁਣ ਇੱਥੇ ਸਿਸਟਮ ਇਹ ਚੱਲ ਰਿਹਾ ਵੀ ਪਹਿਲਾਂ 10 ਸਾਲ ਕਾਲਿਆਂ ਵਾਲੇ ਲੁੱਟਿਆ ਪੰਜਾਬ ਨੂੰ ਹੁਣ ਵਾਰੀ ਆ ਗਈ ਕਾਂਗਰਸੀਆਂ ਦੀ ਹੁਣ ਇਹ ਮਰੇ ਪਏ ਸੀ ਭੁੱਖੇ ਇਹਨਾਂ ਨੂੰ ਆਇਆ ਸੀਗਾ ਵੀ ਵੱਡੀ ਕੋ ਤਾਂ ਆਪਣੇ ਹੁਣ ਕੈਪਟਨ ਕੋਈ ਗੱਲ ਬਾਤ ਹੱਥ ਤੇ ਨਹੀਂ ਆਉਣ ਦਿੰਦਾ ਉਹ ਸਾਰਾ ਕੁਝ ਆਪ ਹੀ ਸੰਭੀ ਸੁੰਭੀ ਜਾਂਦਾ ਤੇ ਛੋਟਾ ਮੋਟਾ ਇੱਕ ਤਹਿਸੀਲਦਾਰ ਨੇ ਹਿੱਸਾ ਕਰ ਲੋਗੇ ਠਾਣੇਦਾਰ ਨੇ ਹਿੱਸਾ ਕਰ ਲੋ ਆਪਾਂ ਉੱਥੋਂ ਜਿੰਨੇ ਕ ਆਉਂਦੇ ਆ ਉਹ ਉਹ ਪੈਸੇ ਲਪੇਟੀ ਚੱਲੋ ਸੋ ਇਹਨਾਂ ਦਾ ਹੁਣ ਸਲਾਹਤ ਇਹ ਹੋ ਗਈ ਅਸਲ ਅਸਲ ਦੇਖੋ ਅੱਜ ਮੈਂ ਜਿਹੜੇ ਮੈਂ ਪੂਰੇ ਪੰਜਾਬ 'ਚ ਜਾਣਾ ਜਿਹੜੇ ਮੈਨੂੰ ਸਮਝ ਕਰਨ ਪੰਜਾਬ ਦੇ ਬਣੇ ਖ ਨੌਜਵਾਨ ਸਾਡੇ ਅੱਜ ਵੀ ਪੱਬਾਂ ਪਾਰ ਹੋਏ ਬੈਠੇ ਆ ਵੀ ਕੋਈ ਬਦਲਾ ਆਵੇ ਤੇ ਚੰਗਾ ਆਗੂ ਆਵੇ ਸਾਨੂੰ ਆਗੂ ਦੀ ਮਾਰ ਪੈ ਰਹੀ ਆ ਲੋਕਾਂ 'ਚ ਮੈਂ ਕਹਿੰਦਾ ਕੋਈ ਕਮੀ ਨਹੀਂ ਜੇ ਆਮ ਆਦਮੀ ਪਾਰਟੀ ਪੰਜਾਬ 'ਚ ਫੇਲ ਹੋਈ ਪੰਜਾਬ ਸਰਕਾਰ ਨਾ ਬਣਨ ਦੇ ਕਾਰਨ ਤਾਂ ਉਹਦੀ ਲੀਡਰਸ਼ਿਪ ਦੀ ਕਮੀ ਉਹਨਾਂ ਦਾ ਹੰਕਾਰ ਬੇਹ ਤਾਂ 100 ਸੀਟ ਜਿੱਤ ਗਏ ਜੀ ਅਸੀਂ ਤਾਂ ਕੋਈ ਪੰਜਾਬੀਆਂ ਤੋਂ ਸੰਜੇ ਤੇ ਦੁਰਗੇਸ਼ ਬਰਦਾਸ਼ਤ ਨਹੀਂ ਹੋਏ ਕਿ ਗੈਰ ਪੰਜਾਬੀ ਆ ਕੇ ਸਾਡੇ ਸਿਰ ਤੇ ਕਿਉਂ ਬਿਠਾਇਆ ਇਹ ਇੱਕ ਵੱਡਾ ਕਾਰਨ ਸੀਗਾ ਪੈਸਾ ਪੂਸਾ ਲੁੱਟ ਕੇ ਚਲੇ ਗਏ ਯਾਰ ਬਥੇਰੇ ਮੈਂ ਇੱਥੇ ਨਾ ਮੈਂ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਵੀ ਵੋਟਾਂ ਦੇ ਵਿੱਚ ਮੈਂ ਪਿੰਡਾਂ 'ਚ ਫਿਰਦਾ ਹੁੰਦਾ ਸੀ ਕਈ ਵਿਚਾਰੇ ਜਿਹੜੇ ਬਾਹਰਲੇ ਮੁਲਕਾਂ ਤੋਂ ਆਏ ਹੋਏ ਨੌਜਵਾਨ ਮੁੰਡੇ ਕੁੜੀਆਂ ਆਪਣਾ ਕੰਮ ਛੱਡ ਕੇ ਆਏ ਵਿਚਾਰੇ ਫੰਡ ਲੈ ਕੇ ਆਏ ਨਾਲ ਹਨਾ ਘਰੋ ਘਰੀ ਉਹਨਾਂ ਨੇ ਜਾ ਕੇ ਇੱਥੋਂ ਦੇ ਐਮਐਲਏ ਖਾਤਰ ਵੋਟਾਂ ਮੰਗੀਆਂ ਉਹ ਉਹ ਉਹਨਾਂ ਨੇ ਉਹ ਸਾਰਾ ਪੈਸਾ ਇਕੱਠਾ ਕਰਕੇ ਸੰਜੀਤ ਦਰਗੇਸ਼ ਅਰਗੀ ਲੈ ਗਏ ਅਸਲ ਅਸਲ ਤਾਂ ਇੱਥੇ ਵੀ ਬੜਾ ਕਿਉਂਕਿ ਉਹ ਵੀ ਭੁੱਖੇ ਮਰੇ ਪਏ ਸੀ ਪੰਜਾਬ ਦੇ ਲੋਕਾਂ ਨੇ ਲਿਆਤਾ ਹੜ ਇੱਥੇ ਪੈਸਿਆਂ ਦਾ ਜਿੰਨੇ ਐਨ ਆਰ ਆਈ ਸੀ ਮੈਨੂੰ ਪਤਾ ਵੀ ਕਈ ਅਰਬਾਂ ਖਰਬਾਂ ਰੁਪਈਆ ਇੱਥੇ ਪੰਜਾਬ ਚ ਉਹਨੇ ਫੰਡ ਭੇਜਿਆ ਕਿਉਂਕਿ ਬਾਹਰਲੇ ਲੋਕ ਮੈਂ ਦੇਖਦਾ ਕਿ ਬਈ ਜੀ ਮੇਰੇ ਨਾਲ ਗੱਲਾਂ ਬਾਤਾਂ ਦਾ ਨਹੀਂ ਹੁੰਦੀਆਂ ਨੇ ਇਹਦੀਆਂ ਸਾਡੇ ਨਾਲੋਂ ਕਈ ਜੀ ਗੁਣਾ ਜ਼ਿਆਦਾ ਚਿੰਤਾ ਚ ਨੇ ਪੰਜਾਬ ਨੂੰ ਲੈ ਕੇ ਤੇ ਉਹ ਕੋ ਚਾਹੁੰਦੇ ਵੀ ਸਾਡੇ ਪੰਜਾਬ ਦਾ ਕੁਝ ਹੋ ਜੇ ਉਹਨਾਂ ਨੇ ਸੋ ਉਸ ਗੱਲਾਂ ਨੂੰ ਲੈ ਕੇ ਉਹ ਉਹ ਅੱਜ ਉਹ ਵੀ ਨਿਰਾਸ਼ ਨੇ ਵਿਚਾਰੇ ਹੂੰ ਜੇ ਅਸੀਂ ਅਸੀਂ ਕੀ ਕਰੀਏ ਉਹਨਾਂ ਨੇ ਪਹਿਲਾਂ ਕਿਸੇ ਟਾਈਮ ਮਨਪ੍ਰੀਤ ਬਾਦਲ ਦਾ ਵੀ ਸਾਥ ਦਿੱਤਾ ਸੀਗਾ ਹੂੰ ਬੜੇ ਬੜੀ ਹੱਥਾਂ ਦੇ ਚੱਕਿਆ ਸੀ ਮਨਪ੍ਰੀਤ ਬਾਦਲ ਨੂੰ ਜਦੋਂ ਬਾਹਰਲੇ ਮੁਲਕ ਦਾ ਦੌਰਾ ਕੀਤਾ ਹਨ ਚਲੋ ਮਨਪ੍ਰੀਤ ਬਾਦਲ ਦੁਬਾਰਾ ਕਾਂਗਰਸ ਚਲੇ ਗਏ ਉਹ ਲੋਕ ਪਿੱਛੇ हट ਗਏ ਫਿਰ ਉਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਵੰਤਮਾਨ ਅਰਗੇ ਸੀ ਚਾਹੇ ਖੈਰ ਅਰਗੇ ਚਾਹੇ ਹੋਰ ਜੋ ਵੀ ਸੀਗੇ ਉਹਨਾਂ ਨੂੰ ਬੜਾ ਹੱਥਾਂ ਦੇ ਚੱਕਿਆ ਫੰਡ ਵੀ ਭੇਜਿਆ ਇੱਥੇ ਆ ਕੇ ਮਦਦ ਵੀ ਕੀਤੀ ਹਨ ਅੱਜ ਉਹ ਫਿਰ ਨਿਰਾਸ਼ਤਾ ਦੇ ਆਲਮ ਚ ਹੈ ਵੀ ਯਾਰ ਅਸੀਂ ਹੁਣ ਕੀ ਕਰਾਂਗੇ ਉਹ ਤਾਂ ਦੇਖ ਰਹੇ ਨੇ ਜਿਹੜਾ ਬੰਦਾ ਹੁਣ ਇੱਥੇ ਕੀ ਹੁੰਦਾ ਬਾਈ ਜੀ ਜਿਹੜਾ ਬੰਦਾ ਇੱਕ ਵਾਰੀ ਇਹ ਸਾਡੇ ਲੋਕ ਨਾ ਜਿਹੜੇ ਭਾਵਕ ਬਹੁਤ ਛੇਤੀ ਹੁੰਦੇ ਆ ਜਜ਼ਬਾਤੀ ਲੋਕ ਨੇ ਇੱਕ ਵਾਰੀ ਜਿਹੜਾ ਮੇਰੇ ਵਰਗਾ ਚੱਲ ਕੇ ਸਟੇਜ ਤੇ ਚੜ੍ਹ ਕੇ ਚਾਰਕ ਭਾਵਕ ਜੀਆਂ ਗੱਲਾਂ ਕਰਕੇ ਲੋਕਾਂ ਦੇ ਹੰਝੂ ਜੱਖਾਂ ਚ ਲਿਆ ਆਉਂਦਾ ਲੋਕੋ ਦੇ ਮਗਰੀ ਹੋ ਤੁਰਦੇ ਆ ਉਹ ਜਦੋਂ ਉਹ ਤੁਹਾਨੂੰ ਲੱਗਦਾ ਲੋਕ ਜਜ਼ਬਾਤੀ ਹੈ ਭੋਲਾ ਹੋਰ ਚੀਜ਼ ਹੈ ਜਜ਼ਬਾਤੀ ਹੋਰ ਚੀਜ਼ ਹੈ ਜਜ਼ਬਾਤੀ ਬੰਦਾ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਹੜ ਜਾਂਦਾ ਬਹਿਣਾ ਚ ਮੈਂ ਵੀ ਥੋੜਾ ਥੋੜਾ ਜਜ਼ਬਾਤੀ ਹਾਂ ਮੈਂ ਵੀ ਐਸੇ ਕਰਕੇ ਜਿਹਦੇ ਨਾਲ ਤੁਰਦਾ ਫਿਰ ਦਿਲੋਂ ਤੁਰਦਾ ਨਹੀਂ ਮੈਂ ਪਾਸੇ ਹਟ ਜਾਂਦਾ ਤੋ ਉਹ ਲੋਕ ਹੁਣ ਵਿਚਾਰੇ ਠੱਗੇ ਮਹਿਸੂਸ ਕਰਦੇ ਆ ਵੀ ਯਾਰ ਅਸੀਂ ਤਾਂ ਇੰਨੀ ਮਤਲਬ ਕਿ ਮਦਦ ਕੀਤੀ ਸੀ ਇੰਨੀ ਸਪੋਰਟ ਕੀਤੀ ਸੀ ਤੇ ਇਹਨਾਂ ਨੂੰ ਕੀ ਹੋ ਗਿਆ ਇੱਕ ਦੋ ਜਿਹਾਂ ਲੱਤਾਂ ਖਿੱਚਣ ਲੱਗ ਗਏ ਸਰਕਾਰ ਵੀ ਐਸੇ ਕਰਕੇ ਨਹੀਂ ਲੋਕਾਂ ਦੀ ਲੋਕਾਂ ਨੇ ਨਹੀਂ ਕਮੀ ਛੱਡੀ ਜੇ ਤੁਸੀਂ ਆਖੋਗੇ ਨਾ ਲੋਕਾਂ ਨੇ ਮੈਂ ਬਾਈ ਜੀ ਦੇਖਦਾ ਨਾ ਵੋਟਾਂ 'ਚ ਨੌਜਵਾਨ ਮੁੰਡੇ ਸਿਆਲ ਦੀ ਰੁੱਤ ਸੀਗੀ ਠੰਡ ਪੈਂਦੀ ਸੀਗੀ ਆਪ ਦੇ ਮੋਟਰਸਾਈਕਲਾਂ ਤੇ ਆਪ ਦੇ ਪੱਲਿਓਂ ਤੇਲ ਪਾ ਕੇ ਆ ਦੇ ਟਰੈਕਟਰਾਂ ਦੇ ਅੱਧੀ ਅੱਧੀ ਰਾਤ ਨੂੰ ਤੁਰੇ ਫਿਰਦੇ ਹੁੰਦੇ ਸੀਗੇ ਕਿਸੇ ਨੇ ਕਿਸੇ ਤੋਂ ਕੋਈ ਫੰਡ ਨਹੀਂ ਲਿਆ ਕੋਈ ਪੈਸਾ ਨਹੀਂ ਲਿਆ ਜਿਵੇਂ ਕੱਲ ਹੀ ਕਾਹਨ ਦਾ ਪੈਸੇ ਵੰਡੇ ਗਏ ਉਹ ਪਰ ਅੱਜ ਜੋ ਵੀ ਵਿਚਾਰੇ ਨਰਾਸ਼ ਨੇ ਵੀ ਇਹਨਾਂ ਨੂੰ ਕੀ ਹੋ ਗਿਆ ਸੋ ਬਾਈ ਜੀ ਮੈਂ ਹਮੇਸ਼ਾ ਇਹ ਗੱਲ ਇਹਨਾਂ ਨੂੰ ਫੇਰ ਕਹਿਣੀ ਚਾਹੁੰਦਾ ਯਾਰ ਵੀ ਛੱਡ ਦਿਓ ਆ ਆਪ ਦੀਆਂ ਤੁਸੀਂ ਕਿਡਾਂ ਛੱਡਦੇ ਨਾਲ ਆਸਤੇ ਬੜੀ ਵੱਖਰੀ ਗੱਲ ਹੋਊਗੀ ਕਿ ਲੱਖਾ ਸਧਾਨਾ ਕਹਿ ਰਿਹਾ ਕਿ ਮੈਂ ਜਜ਼ਬਾਤੀ ਹ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਕਦੇ ਖੂਨੀ ਖੇਡਾਂ ਖੇਡੀਆਂ ਜਾਂ ਜਿਹੜੇ ਅਸਲਿਆਂ ਨਾਲ ਖੇਡਦੇ ਰਹੇ ਆ ਉਹ ਕਿਹਾ ਜਾਂਦਾ ਦਿਲ ਪੱਥਰ ਦੇ ਹੁੰਦੇ ਆ ਜਦੋਂ ਲੱਖਾ ਸਧਾਨਾ ਇਹ ਕਹਿੰਦੇ ਮੈਂ ਜਜ਼ਬਾਤੀ ਹ ਇਹ ਇਹ ਨਵਾਂ ਰੂਪ ਹੈ ਜਾਂ ਪਹਿਲਾਂ ਵੀ ਇੰਹੀ ਸੀ ਨੇ ਇਹ ਦੇਖੋ ਇਹ ਤਾਂ ਹਰ ਬੰਦਾ ਹਰ ਬੰਦੇ ਚ ਕਿਤੇ ਨਾ ਕਿਤੇ ਉਹਦੇ ਅੰਦਰ ਦਿਲ ਹੈ ਤੇ ਕਿਤੇ ਨਾ ਕਿਤੇ ਉਹਦਾ ਦਿਲ ਭਾਵਕ ਹੁੰਦਾ ਚਾਹੇ ਜਿੱਡਾ ਕੋਈ ਆਪਾ ਕਹਿ ਲਈਏ ਪੱਥਰਦਿਲ ਇਨਸਾਨ ਹੈ ਇਹ ਜੀ ਗੱਲ ਨਹੀਂ ਹੁੰਦੀ ਕਈ ਵਾਰੀ ਹਾਲਾਤ ਐਸੇ ਬੰਦੇ ਨੂੰ ਬਣਾ ਦਿੰਦੇ ਆ ਹਾਲਾਤਾਂ ਚ ਬੰਦਾ ਹੁਣ ਸਾਡਾ ਕੰਮ ਸੀ ਰੋਜ਼ ਲੜਨਾ ਝਗੜਨਾ ਰੋਜ਼ ਕਿਸੇ ਦਾ ਕੁੱਟਕਟਾ ਪਾ ਕਰੇ ਸਾਡੇ ਦਾ ਹੋਗਾ ਕਿਸੇ ਦੂਜੇ ਦਾ ਹੋਗਾ ਕਿ ਸਾਡੇ ਲਤਾਂ ਟੁੱਟ ਗਈ ਕਰ ਦੂਜੇ ਟੁੱਟ ਗਈ ਤੇ ਗੋਲੀ ਚੱਲ ਗਈ ਹੈ ਨਾ ਉਹ ਜਦੋਂ ਬੰਦਾ ਹਾਲਾਤਾਂ ਨਾਲ ਖੇਂਦਾ ਜਾਂਦਾ ਫਿਰ ਉਹ ਇਹ ਜਾ ਹੋ ਜਾਂਦਾ ਜਦੋਂ ਕਿਤੇ ਝਟਕਾ ਮਿਲਦਾ ਹੁਣ ਜਿਵੇਂ ਮੇਰੇ ਮੇਰੀ ਜ਼ਿੰਦਗੀ ਦੀ ਕਹਾਣੀ ਇਹੀ ਰਹੀ ਹੈ ਕਿ ਜਦੋਂ ਮੇਰੇ ਗੋਲੀਆਂ ਲੱਗੀਆਂ ਨਾ ਤੇ ਗੋਲੀਆਂ ਲੱਗਣ ਤੋਂ ਬਾਅਦ ਮੈਨੂੰ ਵੀ ਪਤਾ ਲੱਗਿਆ ਕਿ ਯਾਰ ਜ਼ਿੰਦਗੀ ਚ ਤਾਂ ਗਏ ਸੀ ਚੱਕਲੋ ਚੱਕਲੋ ਹੋ ਗਈ ਸੀ ਹਨ ਕਿਉਂਕਿ ਬੰਦਾ ਠੋਕਰ ਲੱਗਣ ਤੋਂ ਬਾਅਦ ਵਾਪਸ ਮੁੜਦਾ ਹ ਹ ਕੋਈ ਵੀ ਬੰਦਾ ਜਿਹੜਾ ਵੀ ਕਿਸੇ ਵੀ ਪ੍ਰਕਾਰ ਦੀ ਬੰਦੇ ਨੂੰ ਜਦੋਂ ਠੋਕਰ ਲੱਗਦੀ ਹੈ ਤੇ ਬੰਦਾ ਫਿਰ ਜ਼ਿੰਦਗੀ ਬਾਰੇ ਖੜ ਕੇ ਸੋਚਦਾ ਹੈ ਫਿਰ ਬੰਦੇ بڑے ਬੰਦੇ ਨੇ ਦੇਖੋ ਜਿਹੜੇ ਦੁਨੀਆ ਦੇ ਵਿੱਚ ਇਤਿਹਾਸ ਤੁਸੀਂ ਪੜ ਕੇ ਦੇਖੋਗੇ ਕਿ ਇਹ ਜਿਹੜੇ ਡਾਕੂ ਹੋਏ ਨੇ ਉਦੋਂ ਬਾਅਦ ਵੱਡੇ ਵੱਡੇ ਮਹਾਰਾਸ਼ੀ ਵੀ ਹੋਏ ਨੇ ਉਹ ਸੋ ਬੰਦਾ ਠੁੱਕਰ ਲੱਗਣ ਤੋਂ ਬਾਅਦ ਮੁੜਦਾ ਨਸ਼ਿਆਂ ਦੀ ਗੱਲ ਬਹੁਤ ਹੋਈ ਹੈ ਪਿੱਛੇ ਜੇ ਚਾਰ ਸ਼ਖਸ ਉੱਠੇ ਕਰੋ ਮਰੋ ਜਾਂ ਵਿਰੋਧ ਕਰੋ ਦਾ ਨਾਰਾ ਲੱਗਿਆ ਪੂਰੇ ਪੰਜਾਬ 'ਚ ਹਫ਼ਤਾ ਮਨਾਇਆ ਗਿਆ ਪਹਿਲੇ ਦਿਨ ਲੱਖਾਂ ਸਦਾਣਾ ਚੰਡੀਗੜ੍ਹ ਦਿਖਦੇ ਆ ਉਦੋਂ ਬਾਅਦ ਇਸ ਮੂਹਮੇਂ 'ਚ ਨਜ਼ਰ ਨਹੀਂ ਆਈ ਕਿਤੇ ਕੋਈ ਨਿੱਜੀ ਕਾਰਨ ਰਹਿ ਕੇ ਜਾਂ ਕੀ ਦਿੱਕਤ ਹੋਈ ਦੇਖੋ ਬਾਈ ਜੀ ਮਰੋ ਜਾਂ ਵਿਰੋਧ ਕਰੋ ਦਾ ਇੱਕ ਹਫਤਾ ਮਨਾਇਆ ਗਿਆ ਮੈਂ ਉਸ ਦਿਨ ਵੀ ਚੰਡੀਗੜ੍ਹ ਉਸ ਇਕੱਠ ਚ ਸ਼ਾਮਲ ਸੀ ਤੇ ਮੈਂ ਉਸ ਦਿਨ ਵੀ ਕਿਹਾ ਸੀ ਵੀ ਹਫਤੇ ਹਫਤੇ ਨਾ ਮਹੀਨੇ ਮੁੰਨੇ ਨਾ ਗੱਲਾਂ ਨਹੀਂ ਬਣਣੀਆਂ ਇਹ ਤਾਂ ਲੜਾਈ ਜੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਹੈ ਤਾਂ ਸਾਨੂੰ ਸਾਲਾਂ ਬੱਧੀ ਲੜਨੀ ਪੈਣੀ ਹੈ ਸੋ ਮੇਰੀ ਅੱਜ ਵੀ ਜਾਰੀ ਹੈ ਮੈਂ ਹਟਿਆ ਨਹੀਂ ਮੈਂ ਰੁਕਿਆ ਨਹੀਂ ਮੈਂ 265 ਪਿੰਡਾਂ ਦੇ ਵਿੱਚ ਮੁਕਸਰ ਫਰੀਦਕੋਟ ਮਾਨਸਾ ਬਰਨਾਲਾ ਬਠਿੰਡਾ ਤੇ ਸੰਗਰੂਰ ਮੋਗਾ ਇੰਨਾ ਜ਼ਿਲ੍ਹਿਆਂ ਦੇ ਮੈਂ 265 ਪਿੰਡਾਂ ਦੇ ਵਿੱਚ ਰੋਜ਼ ਮੈਂ ਪੰਜ ਚਾਰ ਚਾਰ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਨੌਜਵਾਨ ਮੁੰਡਿਆਂ ਦੀਆਂ ਟੀਮਾਂ ਬਣਾ ਰਿਹਾ ਵੀ ਜੇ ਸਾਨੂੰ ਕਿਤੇ ਕੋਈ ਨਸ਼ਾ ਤਸਕਰ ਕੋਈ ਸਾਨੂੰ ਵੇਚਦਾ ਦਿਖਾਈ ਦਿੰਦਾ ਤੇ ਫੜ ਕੇ ਪਹਿਲਾਂ ਕਟਾਪਾ ਚਾੜਨਾ ਬਾਅਦ ਚ ਪੁਲਿਸ ਨੂੰ ਸਾਧ ਕੇ ਉਹਨੂੰ ਇਸ ਗੱਲ ਦੇ ਹੱਕ ਚੋਂ ਤੁਸੀਂ ਕਿ ਇਹ ਤਰੀਕਾ ਹੋਣਾ ਚਾਹੀਦਾ ਹੈ ਕਿ ਕੁੱਟਣਾ ਚਾਹੀਦਾ ਹੈ ਨਾ ਜਿਹੜਾ ਨਸ਼ਾ ਵੇਚਦਾ ਮੈਂ ਤਾਂ ਐਸੇ ਗੱਲ ਦੀ ਹੱਕ ਚ ਆਂ ਦੇਖੋ ਇੱਥੇ ਪਿਆਰ ਪੂਰਨ ਅੱਜ ਕੱਲ ਕੋਈ ਨਹੀਂ ਸਮਝਦਾ ਠੀਕ ਹੈ ਪਿਆਰ ਨਾਲ ਇੱਥੇ ਬਥੇਰੀਆਂ ਕਿਸਾਨ ਜਿਥੇ ਬੰਦੀਆਂ ਵੀ ਹੈਗੀਆਂ ਤਰਨੇ ਮੁਜਾਰੇ ਕਰੀ ਜਾਂਦੀਆਂ ਸੜਕਾਂ ਵੀ ਜਾਮ ਕਰ ਦਿੰਦੀਆਂ ਕਿਹ ਹੱਲ ਹੋਇਆ ਇਸ ਗੱਲ ਦਾ ਜੇ ਠੱਲ ਪਈ ਆ ਨਾ ਅੱਜ ਅੱਜ ਪੰਜਾਬ ਦੇ ਵਿੱਚੋਂ ਚੱਟਾ ਜੇ ਖਤਮ ਚੱਟਾ ਪੂਰੀ ਤਰ੍ਹਾਂ ਨਹੀਂ ਖਤਮ ਹੋਇਆ ਜੇ ਪੰਜਾਬ ਚੋਂ ਅੱਜ ਚਿੱਟੇ ਦਾ ਕੁਛ ਨਾ ਕੁਛ ਹੱਦ ਤੱਕ ਘਟਿਆ ਤੇ ਉਹਦਾ ਉਹਦਾ ਇੱਕੋ ਇੱਕ ਕਾਰਨ ਹੈਗਾ ਕਿ ਜੇ ਪਿੰਡਾਂ ਦੇ ਲੋਕ ਉੱਠ ਕੇ ਨਸ਼ਾ ਦਸਤਕਰਾ ਨੂੰ ਕਟਾਪਾ ਕਰਨਾ ਸ਼ੁਰੂ ਕਰਤਾ ਇਹਨਾਂ ਦੇ ਮੰਗਰ ਪੈਣੇ ਸ਼ੁਰੂ ਹੋਏ ਨੇ ਤਾਂ ਹਟਿਆ ਤੇ ਨਹੀਂ ਸਰਕਾਰ ਤਾਂ ਬਹੁਤ ਟਾਈਮ ਦੀਆਂ ਰੌਲਾ ਪਾਉਂਦੀਆਂ ਆਉਂਦੀਆਂ ਨੇ ਅਸੀਂ ਬੰਦ ਕਰਤਾ ਅਸੀਂ ਬੰਦ ਕਰ ਦਾਂਗੇ ਪੁਲਿਸ ਵੀ ਵੋਟਰ ਦੀ ਇੱਚੀ ਰਹਿੰਦੀ ਹੈ ਠੀਕ ਹੈ ਨਾ ਕਿਉਂਕਿ ਪੁਲਿਸ ਦਾ ਮੈਂ ਹਮੇਸ਼ਾ ਕਿਹਾ ਕਿ ਕੁੱਤੀ ਚੋਰਾ ਨਾਲ ਰਲੇ ਵੀ ਹੈ ਲੀਡਰ ਵੀ ਰਲੇ ਬੇ ਨੇ ਪੁਲਿਸ ਵੀ ਰਲੇ ਵੀ ਆ ਬਹੁਤ ਫੇਸਬੁਕ ਦੀਆਂ ਪ੍ਰੋਫਾਈਲਾਂ ਤੇ ਡੀਪੀਆਂ ਬਦਲਣ ਨਾਲ ਕੁਝ ਨਹੀਂ ਹੋਣਾ ਦੇਖੋ ਲੜਾਈ ਗੁਰਾ ਤਾਂ ਇਹੀ ਹੈ ਨਾ ਇਸ ਪੂਰੇ ਹਫਤੇ ਦੌਰਾਨ ਸਾਰੀ ਫੇਸਬੁਕ ਤੇ ਹੀ ਚੱਲੀ ਹੈ ਮੁਹਿੰਮ ਬਾਈ ਜੀ ਇਸੇ ਕਰਕੇ ਤਾਂ ਅਸੀਂ ਕਾਮਜਾਬ ਨਹੀਂ ਹੋ ਰਹੇ ਮੈਂ ਤਾਂ ਫਿਰ ਹਮੇਸ਼ਾ ਇਹ ਗੱਲ ਕਹਿਣਾ ਵੀ ਫੇਸਬੁਕ ਤੇ ਬੈਠ ਕੇ ਜੰਗਾਂ ਨਹੀਂ ਜਿੱਤੀਆਂ ਜਾਣੀਆਂ ਐਂ ਡੀਪੀਆਂ ਡੂਪੀਆਂ ਬਦਲ ਨਾਲ ਗੱਲਾਂ ਨਹੀਂ ਹੋਣੀਆਂ ਗਰਾਊਂਡ 'ਚ ਆ ਕੇ ਲੜੋ ਗਰਾਊਂਡ 'ਚ ਆ ਕੇ ਜੇ ਕਿਸੇ ਨੂੰ ਦੋ ਹੱਥ ਦਿਖਾਵੋਗੇ ਤਾਂ ਅਗਲਾ ਪਿੱਛੇ ਛੱਡਦਾ ਨਹੀਂ ਇਹਨਾਂ ਨੂੰ ਪਤਾ ਵੀ ਕੱਲੇ ਫੇਸਬੁੱਕ 'ਤੇ ਲੜਨ ਆਲੇ ਦੱਬੀ ਚੱਲੋ ਕੰਮ ਨੂੰ ਠੀਕ ਹੈ ਨਾ ਹੁਣ ਮਹਿਮਤਾ ਆਪਾਂ ਦੇਖਦੇ ਰਹੇ ਆ ਕਿ ਮਹਿਮਤਾ ਆਮ ਆਦਮੀ ਪਾਰਟੀ ਦੀ ਫੇਸਬੁੱਕ 'ਤੇ ਬੜੀ ਚੱਲੀ ਪਈ ਸੀਗੀ ਹੁਣ ਮੈਂ ਉਹਨਾਂ ਟਾਈਮਾਂ 'ਚ ਦੇਖਦਾ ਰਿਹਾ ਵੀ ਇੱਕ ਪਾਸੇ ਦਾ ਭਗਵੰਤ ਮਾਨ ਦੀ ਫੋਟੋ ਜੀ ਲਾ ਦਿੰਦੇ ਸੀ ਇੱਕ ਪਾਸੇ ਲਾ ਦਿੰਦੇ ਸੀ ਦੂਜੇ ਸੁਖਵੀਰ ਬਾਦਲ ਦੀ ਤੇ ਵੋਟਾਂ ਕਹਿੰਦੇ ਨੇ ਵੀ ਵੋਟਾਂ ਕਰੋ ਕਿ ਇਹਨੂੰ ਵੱਧ ਪੈਣਗੀਆਂ ਜੇ ਸੁਖਵੀਰ ਬਾਦਲ ਨੂੰ 100 ਵੋਟ ਪੈਂਦੀ ਸੀ ਤਾਂ ਭਗਵੰਤ ਮਾਨ ਨੂੰ 10 ਵੀ ਇਹ ਇਹ ਸਾਨੂੰ ਲੜਾਈ ਮੈਂ ਕਹਿੰਨਾ ਕੱਲੀਆਂ ਫੇਸਬੁੱਕ ਬੁੱਕਾਂ ਨਾਲ ਗੱਲ ਨਹੀਂ ਬਣਨੀ ਜਿਹੜਾ ਵੀ ਬੰਦਾ ਜਿਹੜਾ ਨੌਜਵਾਨ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਆਪਣੇ ਫਰਜ਼ ਨੂੰ ਪਛਾਣੇ ਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਬੰਦਾ ਆਪਦਾ ਹੱਕ ਅਦਾ ਕਰੇ ਬਹੁਤ ਵੱਡਾ ਬਿਆਨ ਹੈ ਕਿ ਕਹਿ ਦੇਣਾ ਕਿ ਕਾਨੂੰਨ ਹੱਥ ਚ ਲੈਣ ਵਾਲੀ ਗੱਲ ਹੈ ਤੁਸੀਂ ਕਿਉਂਕਿ ਹੁਣ ਇਸ ਤਰ੍ਹਾਂ ਸਮਾਜ ਦੇ ਵਿੱਚ ਜਦੋਂ ਬਦਲਾਅ ਦੀ ਗੱਲ ਕਰਦੇ ਹੋ ਤਾਂ ਇਹ ਕਿੱਥੋਂ ਤੱਕ ਜਸਟੀਫਾਈ ਕਰਨਾ ਹੈ ਕਿ ਬੰਦੇ ਨੂੰ ਮਾਰਨਾ ਕੁੱਟਣਾ ਜਿਹੜਾ ਵੇਚਦਾ ਹੈ ਦੇਖੋ ਜੀ ਇੱਕ ਵਾਰੀ ਤਾਂ ਮੈਂ ਤਾਂ ਮੈਂ ਤਾਂ ਇਸੇ ਗੱਲ 'ਚ ਹੀ ਵਿਸ਼ਵਾਸ ਰੱਖਦਾ ਕਿ ਜਦੋਂ ਤੁਹਾਡੇ ਕੋਲੇ ਸਾਰੇ ਬਾਕੀ ਹਥਿਆਰ ਮੁੱਕ ਜਾਂਦੇ ਨੇ ਨਾ ਹੁਣ ਅਸੀਂ ਪੰਜਾਬੀ ਬੋਲੀ ਵਾਲੀ ਸੁਣ ਮੈਂ ਗੱਲ ਦੱਸਦਾ ਅਸੀਂ ਬੋਰਡਾਂ ਦੇ ਰੰਗ ਵੀ ਮਾਰਤਾ ਸਾਡੇ ਦੇ ਪਰਚੇ ਵੀ ਦੇਤੇ ਗਵਰਨਮੈਂਟ ਨੇ ਸਰਕਾਰ ਨੇ ਇੱਕ ਬਿਆਨ ਵੀ ਕਰਤਾ ਵੀ ਭਾਈ ਇਹ ਇਹਨਾਂ ਦੀ ਮੰਗ ਜਾਇਜ਼ ਹੈ ਤੇ ਇਹਨਾਂ ਦੇ ਪਰਚੇ ਆ ਜਿਹੜੇ ਉਹ ਖਾਰਜ ਕੀਤੇ ਜਾਣਗੇ ਸਾਡੇ ਦੇ ਪਰਚੇ ਵੀ ਹੋਰ ਦੇਤੇ ਸਗਾਂ ਦੀ ਪਹਿਲਾਂ 5 ਸੀਗੇ 6 ਹੋਰ ਤੇ 11 ਪਰਚੇ ਦੇਤੇ ਮੇਰੇ ਤੇ ਸੋ ਉਹ ਵੀ ਨਹੀਂ ਰੁਕਿਆ ਹਨਾ ਅਸੀਂ ਬੋਰਡਾਂ ਤੇ ਰੰਗ ਮਾਰਤਾ ਉਹ ਵੀ ਨਹੀਂ ਰੁਕਿਆ ਅਸੀਂ ਆ ਆਪਾਂ ਜਿਹੜੀ ਰੋਡ ਤੇ ਬੈਠੇ ਆ ਬਠਿੰਡੇ ਤੋਂ ਅੰਮ੍ਰਿਤਸਰ ਸੜਕ ਤੇ ਸਾਰੀ ਇਹ ਰੰਗ ਇਹ ਸਾਰੀ ਇਹਨਾਂ ਨੇ ਸੜਕ ਠੀਕ ਕਰਤੀ ਸਾਰੀ ਸੜਕ ਦੇ ਬੋਰਡ ਇਹਨਾਂ ਨੇ ਉੱਪਰ ਪੰਜਾਬੀ ਕਰਤੀ ਅਸੀਂ ਬਠਿੰਡੇੋਂ ਲੱਗੇ ਪਟਿਆਲੇ ਤੱਕ ਵੀ ਰੰਗ ਮਾਰਤਾ ਸੀ ਉਹ ਠੀਕ ਨਹੀਂ ਕੀਤੀ ਉਹ ਅਸੀਂ ਰੰਗ ਮਾਰਿਆ ਇਹਨਾਂ ਨੇ ਇਹਨਾਂ ਨੇ ਕੈਮੀਕਲ ਨਾਲ ਹੋ ਰੰਗ ਲਾਤਾ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਵੀ ਜੇ ਤੁਸੀਂ ਬਠਿੰਡੇ ਤੋਂ ਅੰਮ੍ਰਿਤਸਰ ਸੜਕ ਠੀਕ ਕਰ ਸਕਦੇ ਆਂ ਤਾਂ ਬਠਿੰਡੇ ਤੋਂ ਪਟਿਆਲੇ ਵਾਲੀ ਚ ਕੀ ਕਮੀ ਆ ਉਹ ਕਿਉਂ ਨਹੀਂ ਠੀਕ ਕਰਦੇ ਹੂੰ ਠੀਕ ਆ ਨਾ ਹੁਣ ਅਗਲਾ ਫਿਰ ਅਸੀਂ ਕੀ ਕਰਾਂਗੇ ਸਾਰੇ ਡੀਸਿੰਗਾਂ ਨੂੰ ਮਿਲ ਲੈ ਰਾਜਪਾਲ ਨੂੰ ਮਿਲ ਲੈ ਹਾਈ ਕੋਰਟ ਦੇ ਵਿੱਚ ਅਸੀਂ ਪਟੀਸ਼ਨ ਵੀ ਪਾਈ ਹੈ ਇਸ ਗੱਲ ਦੇ ਖਿਲਾਫ ਕਾਨੂੰਨ ਜਿਹੜਾ ਰਾਜ ਭਾਸ਼ਾ ਕਾਨੂੰਨ ਉਹ ਵੀ ਗੱਲ ਇਹ ਕਹਿ ਰਿਹਾ ਹੈ ਕਿ ਜਿਹੜੇ ਸੂਬੇ ਦੀ ਭਾਸ਼ਾ ਆਪਈ ਸਭ ਤੋਂ ਉੱਪਰ ਹੋਊਗੀ ਦੂਜੀਆਂ ਭਾਸ਼ਾਵਾਂ ਥੱਲੇ ਹੋਣਗੀਆਂ ਸਾਡੀ ਫੇਰ ਵੀ ਸੁਣਵਾਈ ਨਹੀਂ ਅਸੀਂ ਕੀ ਕਰਾਂਗੇ ਹੁਣ ਅਗਲਾ ਸਾਡਾ ਸਟੈਪ ਹੈ ਜਿਹੜਾ ਅਸੀਂ ਦੁਬਾਰੇ ਚਾਰ ਪੰਜਾਂ ਜ਼ਿਲ੍ਹਿਆਂ ਦੇ ਡੀਸਿੰਗਾਂ ਨੂੰ ਮਿਲ ਚੁੱਕੇ ਹਾਂ ਅਸੀਂ ਪਿੱਛੇ ਤੁਸੀਂ ਸੁਣਿਆ ਹੋਣਾ ਕਿ ਪਟਾਰ ਅਕੈਡਮੀ 'ਚ ਰੌਲਾ ਪਿਆ ਸੀ ਲਹਿਰਕਾਗੇ ਹਲਕੇ 'ਚ ਸੰਗਰੂਰ ਜ਼ਿਲ੍ਹੇ 'ਚ ਉੱਥੇ ਨੋਟਿਸ ਬੋਰਡ ਦੇ ਉੱਤੇ ਕਿਸੇ ਨੇ ਪੋਸਟਰ ਚਪਕਾਤਾ ਸੀਗਾ ਕਿ ਇੱਥੇ ਪੰਜਾਬੀ ਬੋਲਣ ਵਾਲੇ ਨੂੰ ਜੁਰਮਾਨਾ ਕੀਤਾ ਜਾਊਗਾ ਸਾਡੇ ਵੀ ਉਹ ਧਿਆਨ ਚਾਹੀ ਗੱਲ ਆ ਸੀ ਵੀ ਉੱਥੇ ਚਲੇ ਕੇ ਚਲੋ ਉੱਥੋਂ ਦਾ ਚੇਅਰਮੈਨ ਸੀ ਤਰਸੇਮਪੁਰਿਓ ਨੇ ਮਾਫੀ ਵੀ ਮੰਗੀ ਐ ਤੇ ਮਹੀਨੇ ਦਾ ਸਾਥੋਂ ਟਾਈਮ ਵੀ ਮੰਗ ਲਿਆ ਇਸ ਮਹੀਨੇ ਦੇ ਵਿੱਚ ਜਿੰਨੇ ਵੀ ਅੰਦਰ ਕੋਈ ਸੰਦੇਸ਼ ਲਿਖੇ ਹੋਏ ਨੇ ਸਕੂਲ ਦੇ ਅੰਦਰ ਉਹ ਸਾਰੇ ਅੰਗਰੇਜ਼ੀ ਦੇ ਹਿੰਦੀ ਚ ਐ ਵੀ ਉਹ ਮੈਂ ਪੰਜਾਬੀ ਚ ਕਰ ਦੂੰਗਾ ਤੇ ਮੈਂ ਮਾਫੀ ਮੰਗਦਾ ਵੀ ਗਾਹਾਂ ਨੂੰ ਇਸ ਤਰ੍ਹਾਂ ਦਾ ਕੋਈ ਜਿਹੜਾ ਪੋਸਟਰ ਪਾਸਟਰ ਵਾਲੀ ਗੱਲ ਆ ਉਹ ਸਾਡੇ ਵੱਲੋਂ ਜੇ ਕਿਤੇ ਅਸੀਂ ਦੋਸ਼ੀ ਪਾਈਏ ਨਾ ਤੁਸੀਂ ਜੋ ਮਰਜ਼ੀ ਕਾਰਵਾਈ ਲੁਧਿਆਣੇੋਂ ਅਸੀਂ ਆਏ ਆ ਬੱਚਿਆਂ ਦੇ ਜਿਹੜੇ ਮਾਂ-ਵਾਪਸੀ ਉਹਨਾਂ ਨੂੰ ਮਿਲ ਕੇ ਲੁਧਿਆਣੇ ਵਾਲੇ ਬੱਚਿਆਂ ਦੇ ਮਾਂ-ਬਾਪ ਵੀ ਇਸ ਗੱਲ ਨੂੰ ਚਿੰਤਾ ਚ ਲੈ ਕੇ ਵੀ ਸਾਡੇ ਬੱਚਿਆਂ ਨੂੰ ਸਕੂਲ 'ਚ ਪੰਜਾਬੀ ਬੋਲਣ ਤੇ ਮਨਾਹੀ ਹੈ। ਹੂੰ ਜਵਾਕਾਂ ਨੂੰ ਜੇ ਤੁਸੀਂ 98 969 ਤੇ 97 ਦਾ ਸਮਝ ਫਰਕ ਨਹੀਂ ਪਤਾ ਲੱਗਦਾ ਵੀ ਕੀ ਹੈ 6474 ਦਾ ਨਹੀਂ ਪਤਾ ਲੱਗਦਾ ਕੀ ਹੈ ਪਹਾੜੇ ਆਉਂਦੇ ਹੀ ਨਹੀਂ ਹੈਗੇ। ਇਹ ਇਹ ਇੱਕ ਇਹ ਇੱਕ ਸਾਜ਼ਿਸ਼ ਹੈ ਕਿ ਸਾਡੀ ਜਵਾਨ ਨੂੰ ਸਾਡੇ ਕੋਲੋਂ ਮਾਰਨਾ। ਹੂੰ ਇਬਾਦੀ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਦੋਂ ਦੇਖੋ ਕਿਸੇ ਕੌਮ ਨੂੰ ਇੱਕ ਕੌਮ ਨੇ ਦੂਜੀ ਕੌਮ ਨੂੰ ਮਾਰਨਾ ਹੁੰਦਾ ਨਾ ਉਹਦੀ ਬੋਲੀ ਉਹਦਾ ਵਿਰਸਾ ਉਹਦਾ ਇਤਿਹਾਸ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰ ਦਿੱਤਾ ਜਾਂਦਾ ਹੈ ਕਿ ਉਹਨੂੰ ਬੋਲਣ ਵਾਲੇ ਲੋਕ ਹੀਣਤਾ ਮਹਿਸੂਸ ਕਰਨ ਹਮ ਕਿ ਸਾਡੀ ਬੋਲੀ ਸਾਡਾ ਵਿਰਸਾ ਸਾਡਾ ਇਤਿਹਾਸ ਤਾਂ ਦੂਜਿਆਂ ਦੇ ਮੁਕਾਬਲੇ ਬਹੁਤ ਨਿਕੰਮਾ ਬਹੁਤ ਮਾੜਾ ਹੈ ਇੱਕ ਬਹੁਤ ਖੱਡ ਤੇ ਗੁੱਜਾ ਹਮਲਾ ਹੈ ਸਾਡੇ ਇਸ ਗੱਲ ਤੇ ਵੀ ਹਮਲਾ ਹੈ ਤੇ ਸਾਡੇ ਜਿਹੜੇ ਕੁਦਰਤੀ ਸਰੋਤ ਨੇ ਚਾਹੇ ਪਾਣੀ ਹੋਣ ਚਾਹੇ ਸਾਡੀਆਂ ਹਵਾਵਾਂ ਹੋਣ ਚਾਹੇ ਸਾਡੀ ਧਰਤੀ ਹੋਵੇ ਪੰਜਾਬ ਦੀ ਉਹਤੇ ਵੀ ਹਮਲਾ ਹੈ ਇਹ ਹਮਲਾ ਸਾਨੂੰ ਸਮਝ ਨਹੀਂ ਪੈ ਰਿਹਾ ਮੈਂ ਇਸੇ ਗੱਲ ਨੂੰ ਹੀ ਲੋਕਾਂ ਕੋਲ ਜਾ ਕੇ ਸਟੇਜਾਂ ਦੇ ਪਿੰਡਾਂ ਜਿਹਾ ਸੱਥਾਂ ਜਾ ਕੇ ਕੂਕਦਾ ਹਾਂ ਵੀ ਯਾਰ ਸਾਨੂੰ ਇਹ ਸਮਝਣਾ ਪੈਣਾ ਹੈ ਵੀ ਸਾਡੀ ਜੇ ਇੱਕ ਜ਼ਬਾਨ ਨੂੰ ਮਾਰਿਆ ਜਾ ਰਿਹਾ ਸਾਡੇ ਕੋਲੋਂ ਖੋਹਿਆ ਜਾ ਰਿਹਾ ਕਿ ਇਤਿਹਾਸ ਇਸ ਗੱਲ ਦਾ ਗਵਾ ਹੈ ਹੁਣ ਮੈਂ ਪਰਸੋਂ ਦਾ ਇੱਕ ਅਖਬਾਰ ਪੜ੍ਹ ਰਿਹਾ ਸੀ ਉਸ ਅਖਬਾਰ 'ਚ ਲੇਖ ਸੀ ਹੜੱਪਾ ਸਭਿਅਤਾ ਬਾਰੇ ਕਹਿੰਦੇ ਹੜੱਪਾ ਜਿਹੜੀ ਸੱਭਿਆਤਾ ਹੋਈ ਆ ਤੇ ਉਹਦੇ ਨਾਲ ਕੁਝ ਪੱਥਰ ਮੇਲੇ ਨੇ ਥੱਲੋਂ ਧਰਤੀ ਦੇ ਵਿੱਚੋਂ ਕੱਢੇ ਆ ਉਹਨਾਂ ਤੇ ਕੁਝ ਬੋਲੀ ਲਿਖੀ ਹੋਈ ਆ ਕੁ ਸੱਖਰ ਲਿਖੇ ਹੋਏ ਨੇ ਉਹ ਸਾਰਿਆਂ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਜੰਗੇ-ਜੰਗੇ ਜਿਹੜੇ ਮਹਾਰਸੀ ਵੱਖ-ਵੱਖ ਬੋਲੀਆਂ ਦੇ ਉਹ ਵੀ ਬੁਲਾਏ ਵੀਰ ਪੜੋ ਇਹ ਕਿਹੜੀ ਜ਼ਬਾਨ ਆ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਭਾਸ਼ਾ ਹੋ ਸੋ ਮੈਂ ਕਹਿੰਦਾ ਸਾਡੀ ਸਾਡੀ ਜ਼ਬਾਨ ਨਾਲ ਕਦੇ ਇਹ ਨਾ ਹੋਵੇ ਸਾਡੀ ਸੱਭਿਆਤ ਸਾਡੀ ਵਿਰਾਸਤ ਪੰਜਾਬੀ ਨਾਲ ਕਿਤੇ ਇਹ ਨਾ ਹੋਵੇ ਕਿ ਅੱਜ ਤੋਂ 500 ਸਾਲ ਬਾਅਦ ਸਾਡੇ ਵੀ ਇੱਥੋਂ ਕਦੇ ਪੱਥਰ ਨਿਕਲਣਾ ਕੋਈ ਲਿਖੀ ਹੋਈ ਚੀਜ਼ ਇੱਥੋਂ ਮਿਲੇ ਤੇ ਆਉਣ ਵਾਲੇ ਲੋਕਾਂ ਨੂੰ ਪਤਾ ਨਹੀਂ ਲੱਗੇ ਵੀ ਇੱਕ ਜ਼बान ਕਿਹੜੀ ਐ ਕਿਹੜੇ ਲੋਕ ਸੀ ਜਿਹੜੇ ਜ਼बान ਨੂੰ ਬੋਲਦੇ ਸੀ ਭਾਈ ਜੀ ਬੜੀ ਮਹਾਨ ਸਾਡੀ ਵਿਰਾਸਤ ਐ ਇਹ ਖਤਮ ਨਹੀਂ ਹੋਣੀ ਚਾਹੀਦੀ ਪਰ ਇਹਨੂੰ ਖਤਮ ਕੀਤਾ ਜਾ ਰਿਹਾ ਕਿਉਂਕਿ ਜਿੰਨੀਆਂ ਇੱਥੇ ਦੁਨੀਆ ਦੇ ਇਤਿਹਾਸ ਗਵਾਹ ਜਿੰਨੀਆਂ ਇੱਥੇ ਕੌਮਾਂ ਮਰੀਆਂ ਨੇ ਜਿੰਨੀਆਂ ਕੌਮਾਂ ਦਫ਼ਨ ਹੋ ਗਈਆਂ ਇਸ ਦੁਨੀਆ 'ਚ ਰਾਜ ਉਹਨਾਂ ਦਾ ਖਤਮ ਹੋ ਗਿਆ ਉਹਨਾਂ ਦੀ ਸਭ ਤੋਂ ਪਹਿਲਾਂ ਜ਼बान ਨੂੰ ਮਾਰਿਆ ਗਿਆ ਸਭ ਤੋਂ ਪਹਿਲਾਂ ਉਹਨਾਂ ਦੀ ਬੋਲੀ ਤੇ ਅਟੈਕ ਹੋਇਆ ਹਮਲਾ ਹੋਇਆ ਸੋ ਸਾਡੇ ਪੱਲੇ ਨਹੀਂ ਪੈ ਰਹੀ ਲੋਕਾਂ ਦੇ ਗੱਲ ਅੱਜ ਸਾਡੇ ਸਕੂਲਾਂ ਦੇ ਜਿਹੜੇ ਜਵਾਕ ਪੜਦੇ ਨੇ ਉਹਨਾਂ ਦੇ ਮਾਪੇ ਕਹਿੰਦੇ ਜਾ ਕੇ ਕਿ ਸਾਡੇ ਜਵਾਕ ਨੂੰ ਜੀ ਪੰਜਾਬੀ ਤਾਂ ਅਸੀਂ ਘਰੇ ਹੀ ਬਹੁਤ ਬੋਲਦੇ ਆ ਸਾਡਾ ਜਵਾਕ ਹਿੰਦੀ ਤੇ ਅੰਗਰੇਜ਼ੀ ਜਨਾ ਪਿੱਛੇ ਰਹਿ ਜੀ ਜਦੋਂ ਕਿ ਬਈ ਜੀ ਤੁਸੀਂ ਦੁਨੀਆ ਦਾ ਜਿੰਨਾ ਮਰਜ਼ੀ ਤੁਸੀਂ ਫਲਸਫਾ ਪੜ ਲਓਗੇ ਵੱਡੇ ਵੱਡੇ ਬੁੱਧੀਜੀਵੀ ਲੋਕ ਨੇ ਉਹਨਾਂ ਦੀਆਂ ਗੱਲਾਂ ਸੁਣੋਗੇ ਤਾਂ ਉਹ ਵੀ ਇਹ ਗੱਲ ਕਹਿੰਦੇ ਵੀ ਜਿਹੜਾ ਬੱਚਾ ਆਪਣੀ ਮਾਂ ਬੋਲੀ ਜ਼ੁਬਾਨ ਦੇ ਬੱਚਾ ਆਪਣੀ ਉਹਦੀ ਮਹਾਰਤ ਹਾਸਲ ਨਹੀਂ ਹੈਗੀ ਉਹਨੂੰ ਉਹ ਆਪਣੀ ਜ਼ੁਬਾਨ ਤੇ ਪੂਰੀ ਪਕੜ ਨਹੀਂ ਹੈਗੀ ਉਹ ਦੂਜੀਆਂ ਬੋਲੀਆਂ ਕਦੇ ਸਿੱਖ ਨਹੀਂ ਸਕਦਾ ਆਖਰੀ ਸਵਾਲ ਹੈ ਮੇਰਾ ਕਿਹਾ ਜਾਂਦਾ ਸਿਸਟਮ ਨੂੰ ਬਦਲਣ ਵਾਸਤੇ ਸਿਸਟਮ ਦਾ ਪਾਰਟ ਬਣਨਾ ਪੈਂਦਾ ਆਮ ਆਦਮੀ ਪਾਰਟੀ ਕੇਜਰੀਵਾਲ ਨੇ ਵੀ ਇਹੀ ਕਿਹਾ ਲੱਖਾਂ ਸਦਾਣਾ ਸਿਆਸਤ ਚ ਆਉਣਗੇ ਕਿਸੇ ਵੇਲੇ ਕਿ ਨਹੀਂ ਪਹਿਲੀ ਗੱਲ ਤਾਂ ਮੈਨੂੰ بڑے ਪੱਤਰਕਾਰ ਵੀਰੇ ਸਵਾਲ ਪੁੱਛਦੇ ਨੇ ਲੋਕ ਵੀ ਕਹਿ ਦਿੰਦੇ ਆ ਕਹਿੰਦੇ ਯਾਰ ਤੂੰ ਆਹ ਪੰਜਾਬੀ ਦੀ ਲੜਾਈ ਲੜੀ ਜਾਂਦਾ ਤੂੰ ਪਾਣੀਆਂ ਦੀ ਲੜਾਈ ਲੜਦਾ ਤੂੰ ਹੋਰ ਗੱਲਾਂ ਕਰਦਾ ਤੂੰ ਸਿਆਸਤ ਚ ਤਾਂ ਨਹੀਂ ਆਉਣਾ ਕਦੇ ਪਹਿਲਾ ਗੱਲ ਤਾਂ ਮੈਂ ਮੈਂ ਤੂੰ ਵੀ ਪੱਤਰਕਾਰ ਭਰਾ ਤੇ ਹੋਰ ਵੀ ਪੱਤਰਕਾਰ ਸੱਜਣ ਪੁੱਛ ਲੈਂਦੇ ਆ ਮੈਂ ਸੋਨੂੰ ਇੱਕ ਤਾਂ ਗੱਲ ਵੀ ਮੇਰੇ ਦੇ ਕੋਈ ਪਵੰਦੀ ਤਾਂ ਹੈ ਨਹੀਂ ਹੂੰ ਲੋਕਤੰਤਰ ਹੈ ਤੁਸੀਂ ਖੜੇ ਹੋ ਜੋ ਮੈਂ ਹੋ ਜਾ ਕੋਈ ਵੀ ਹੋ ਸਕਦਾ ਦੂਜੀ ਗੱਲ ਜਿਹੜੀ ਆ ਰਾਜਨੀਤੀ ਹੁਣ ਚੱਲ ਰਹੀ ਹੈ ਇਹਦੇ 'ਚ ਨਹੀਂ ਮੈਂ ਆਉਂਗਾ ਹੂੰ ਇਹ ਨਹੀਂ ਆਪਣੇ ਫਿੱਟ ਹੈਗੀ ਵੀ ਮੈਂ ਅੱਜ ਗੱਲਾਂ ਇੱਥੇ ਸਟੇਜ ਤੇ ਖੜ ਕੇ ਹੋਰ ਕਰਦਾ ਕੱਲ ਨੂੰ ਜਦੋਂ ਮੈਂ ਪਾਵਰ 'ਚ ਆ ਗਿਆ ਤੇ ਮੇਰੀਆਂ ਗੱਲਾਂ ਹੋਰ ਹੋ ਜਾਣਾ ਉਹ ਨਹੀਂ ਆਪਾਂ ਕਰਨੀ ਨੀ ਨਾ ਆਪ ਨੂੰ ਲੋੜ ਹੈ ਨਾ ਆਪਾ ਬਈ ਜੀ ਐਡਾ ਆਪਾਂ ਨੂੰ ਸ਼ੌਂਕ ਆ ਵੀ ਮੈਂ ਕੋਈ ਮੰਤਰੀ ਬਣਾ ਮੈਂ ਕੋਈ ਮੁੱਖ ਮੰਤਰੀ ਬਣਾ ਠੀਕ ਹੈ ਮੈਂ ਕਹਿੰਦਾ ਕਿ ਜਿੰਨਾ ਚਿਰ ਮੇਰੇ ਚ ਜਾਨ ਹੈ ਜਿੰਨਾ ਚਿਰ ਮੈਂ ਇਸ ਪੰਜਾਬ ਚ ਹੈਗਾ ਮੈਂ ਜਿਉਂਦਾ ਰਹੂਗਾ ਤੇ ਮੈਂ ਆਪਣੇ ਪੰਜਾਬ ਲਈ ਆਪਣੀ ਬੋਲੀ ਆਪਣੇ ਵਿਰਸੇ ਆਪਣੇ ਪਾਣੀਆਂ ਲਈ ਕੀ ਕਰ ਸਕਦਾ ਮੈਂ ਕਿੰਨਾ ਕ ਲੋਕਾਂ ਨੂੰ ਜਗਾ ਸਕਦਾ ਕਿੰਨਾ ਕ ਇੱਕ ਲੋਕ ਲਹਿਰ ਖੜੀ ਕਰ ਸਕਦਾ ਹੁਣ ਤੁਸੀਂ ਦੇਖੋ ਜਿਹੜਾ ਨਸ਼ਾ ਹੂੰ ਚਿੱਟੇ ਦੀ ਆਪਾਂ ਗੱਲ ਕਰਦੇ ਜਿਹਨੂੰ ਸਰਕਾਰਾਂ ਨਹੀਂ ਰੋਕ ਸਕੀਆਂ ਹੂੰ ਜਿਹਨੂੰ ਪੁਲਿਸ ਪ੍ਰਸ਼ਾਸਨ ਨਹੀਂ ਰੋਕ ਸਕਿਆ ਉਹ ਲੋਕਾਂ ਨੇ ਰੋਕ ਕੇ ਦਿਖਾਤਾ ਯਾ ਲਓ ਲੋਕ ਜਦੋਂ ਉੱਠਦੇ ਨੇ ਲੋਕਾਂ ਦਾ ਹਜੂਮ ਉੱਠਦਾ ਹੈ ਲੋਕ ਲਹਿਰਾਂ ਬਣਦੀਆਂ ਨੇ ਲੋਕਾਂ ਦੇ ਜਜ਼ਬਾਤ ਖੋਲਦੇ ਨੇ ਤਾਂ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਇਹ ਲੋਕ ਨੇ ਹਉ ਤੋ ਵੱਡੀ ਤਾਕਤ ਮੈਂ ਕਹਿੰਦਾ ਲੋਕਾਂ ਚ ਕੋਈ ਲੀਡਰ ਬਣਾਏ ਲੋਕਾਂ ਦੇ ਬਣਾਏ ਹੋਏ ਹੂੰ ਜੇ ਤੋ ਮਰਜ਼ੀ ਇਹਨਾਂ ਨੂੰ ਸੈੱਟ ਲੈਂਦੇ ਆ ਲੋਕ ਖਰਾਬ ਹੀ ਦਿੰਦੇ ਆ ਜਿਤਾ ਵੀ ਦਿੰਦੇ ਨੇ ਸੋ ਇਹ ਲੋਕਾਂ ਤੋਂ ਬਿਨਾ ਵੱਡੀ ਪਾਵਰ ਵੱਡੀ ਤਾਕਤ ਕੋਈ ਨਹੀਂ ਹੈਗੀ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਲੋਕ ਲਹਿਰ ਦਾ ਹਮੇਤੀ ਰਹੇ ਹੂੰ ਕਿ ਲੋਕ ਲਹਿਰ ਬਣਨੀ ਚਾਹੀਦੀ ਹੈ ਤੇ ਲੋਕਾਂ ਦਾ ਇਕਾ ਹੋਣਾ ਬੜਾ ਜ਼ਰੂਰੀ ਹੈ ਅਸੀਂ ਛੱਡਦੀ ਇਹ ਗੱਲਾਂ ਕਿ ਯਾਰ ਅਸੀਂ ਸਾਡੀ ਠੀਕ ਹੈ ਮੈਂ ਪਹਿਲਾਂ ਗੱਲ کہہ ਕੇ ਕਿ ਸਾਡੇ ਨਿੱਜੀ ਸਾਡੇ ਮਤ ਪੇਦ ਹਜ਼ਾਰਾਂ ਹੋ ਸਕਦੇ ਨੇ ਲੀਡਰਾਂ ਚ ਹਜ਼ਾਰਾਂ ਮਤ ਪੇਦ ਅਸੀਂ ਹੋ ਸਕਦੇ ਆ ਪਰ ਇੱਕ ਪਾਸੇ ਅਸੀਂ ਡਰਾਮੇ ਕਰਦੇ ਆ ਲੀਡਰ ਸਾਡੇ ਵੀ ਅਸੀਂ ਪੰਜਾਬ ਨੂੰ ਬਚਾਉਣ ਚੱਲੇ ਆ ਅਸੀਂ ਤਾਂ ਪੰਜਾਬ ਦਾ ਬੜਾ ਦਰਦ ਰੱਖਦੇ ਆ ਜਦੋਂ ਕਿ ਇਹਨਾਂ ਨੂੰ ਐਂ ਲੱਗਦਾ ਵੀ ਯਾਰ ਮੈਂ ਨੀਵਾ ਹੋ ਗਿਆ ਦੂਜਾ ਉੱਚਾ ਹੋ ਗਿਆ ਫਿਰ ਉਹਨਾਂ ਲੱਤਾਂ ਖਿੱਚਣ ਲੱਗ ਜਾਂਦੇ ਆ ਇਹ ਨਾ ਯਾਰ ਕਰੋ ਸੋਨੂੰ ਭਾਵੇਂ ਤੁਸੀਂ ਕਿਸੇ ਵੀ ਪਾਰਟੀ ਜਾਂ ਭਾਵੇਂ ਤੁਹਾਨੂੰ ਪਾਰਟੀ ਦਾ ਤੱਪੜ ਬਿਛਾਉਣੇ ਪੈਂਦੇ ਆ ਸਮਰਪਣ ਹੋਵੋ ਯਾਰ ਪੰਜਾਬ ਲਈ ਸਮਰਪਣ ਕਰੋ ਆਪਣੇ ਆਪ ਨੂੰ ਐਂ ਨਹੀਂ ਗੱਲਾਂ ਬਣਨੀਆਂ ਐ ਤਾਂ ਲੋਕ ਸਮਝ ਜਾਣਗੇ ਨਹੀਂ ਥੋੜਾ ਕਹਾਣੀ ਥੋੜੀ ਬਹੁਤ ਦੇਰ ਚੱਲਣੀ ਨਹੀਂ ਹੈਗੀ ਲੋਕ ਸਮਝ ਗਏ ਹੁਣ ਲੋਕ ਭੋਲੇ-ਪਾਲੇ ਨਹੀਂ ਰਹੇ ਮੈਂ ਪਹਿਲਾਂ ਵੀ ਕਿਹਾ ਲੋਕ ਹੁਣ ਓਡੇ ਕਮਲੇ ਨਹੀਂ ਹੈਗੇ ਲੋਕ ਜਾਣਦੇ ਆ ਸੱਚੇ ਨੂੰ ਵੀ ਤੇ ਝੂਠੇ ਨੂੰ ਵੀ ਚੋਰ ਨੂੰ ਤੇ ਸਾਧ ਨੂੰ ਵੀ ਲੋਕਾਂ ਨੇ ਪਹਿਚਾਨ ਲੈਣਾ ਬਾਈ ਜੀ ਇਹਨਾਂ ਨੂੰ ਬਹੁਤਾ ਦੇਰ ਨਹੀਂ ਲੱਗਣੀ ਤੂੰ ਲਾਸਟ ਗੱਲ ਮੈਂ ਕਹੂੰਗਾ ਇੱਕ ਜਿਹੜੀ ਆਖਰ ਦੇ ਉੱਤੇ ਇਹ ਕਹਿਣੀ ਚਾਹੁੰਦਾ ਕਿ ਹਾਂ ਅੱਜ ਪੰਜਾਬ ਬਦਲਾ ਚਾਹੁੰਦਾ ਹੈ ਮੋਤੇ ਬੰਦੇ ਨਰਾਸ਼ ਹੋ ਜਾਂਦੇ ਆ ਕਿ ਨਹੀਂ ਜੀ ਤੀਜਾ ਬਦਲਾ ਨਹੀਂ ਆ ਸਕਦਾ ਨਹੀਂ ਆਊਗਾ ਤੁਹਾਨੂੰ ਮੈਂ ਕਹਿੰਦਾ 200% ਨਹੀਂ 1000% ਮੈਂ ਇਸ ਗੱਲ ਦੀ ਮੈਨੂੰ ਉਮੀਦ ਆ ਕਿ ਜਿਸ ਤਰੀਕੇ ਨਾਲ ਮੈਂ ਜਾਣਨਾ ਪਿੰਡਾਂ ਚ ਹਜ਼ਾਰਾਂ ਤੱਕੇ ਹੋਏ ਲੋਕ ਬੰਦੇ ਇਕੱਠੇ ਹੋ ਜਾਂਦੇ ਆ ਉਹ ਕਾਲੀ ਵੀ ਨੇ ਉਹ ਕਾਂਗਰਸੀ ਵੀ ਨੇ ਉਹ ਹੋਰ ਵੀ ਨੇ ਨੌਜਵਾਨ ਇਕੱਠੇ ਹੋ ਜਾਂਦੇ ਆ ਉਹ ਕਹਿੰਦੇ ਬਾਈ ਸਾਨੂੰ ਤਾਂ ਰਾਹ ਨਹੀਂ ਮਿਲ ਰਿਹਾ ਯਾਰ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਤਾਂ ਪਾ ਦਾਂਗੇ ਗਾਹ ਯਾਰ ਉਹ ਤੱਕੇ ਬੈਠੇ ਨੇ ਮਨਾ ਚ ਇੰਨਾ ਉਹਨਾਂ ਦੇ ਵਿਰੋਧ ਭਰਿਆ ਪਿਆ ਮੈਂ ਕਹਿੰਦਾ ਇੰਨਾ ਕਾਲੀਆਂ ਆ ਨਾ ਕਾਂਗਰਸੀਆਂ ਦੇ ਖਿਲਾਫ ਠੀਕ ਆ ਕੁਝ ਬੰਦਿਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਬੰਦੇ ਬੋਲਦੇ ਨਹੀਂ ਹੁੰਦੇ ਵੀਰ ਛੱਡੋ ਆਪਾਂ ਐਵੇਂ ਕੁਝ ਬੋਲਾਂਗੇ ਆਪਣੇ ਤੇ ਕੋਈ ਮੁਕਦਮਾ ਦਰਜ ਕਰਾ ਦੇਣਗੇ ਝੂਠਾ ਸੱਚਾ ਜਾਂ ਕੋਈ ਹੋਰ ਗੱਲਬਾਤ ਕਰਾ ਦੇਣਗੇ ਹਨਾ ਇਹ ਉਹੀ ਚੱਲ ਪਿਆ ਕੰਮ ਜਿਵੇਂ ਕੱਲ ਗਾਣਾ ਚਲਾਇਆ ਸੀ ਕਿਸੇ ਨੂੰ ਪੁੱਛ ਨਹੀਂ ਗੱਛ ਨਹੀਂ ਐਵੇਂ ਚੱਕ ਕੇ ਜੀ ਇਹ ਕਾਂਗਰਸ ਦਾ ਬੰਦਾ ਜੀ ਇਹ ਦੂਜਾ ਹੋਰ ਕਿਸੇ ਪਾਰਟੀ ਦਾ ਬੰਦਾ ਚੱਕ ਕੇ ਝੂਠੇ ਮੁਕਾਦਮੇ ਵਿੱਚ ਫਸਾ ਦੇਣਾ ਉਹੀ ਕੰਮ ਹੁਣ ਕਾਂਗਰਸ ਨੇ ਸ਼ੁਰੂ ਕਰ ਲਿਆ ਕਈ ਹਲਕਿਆਂ 'ਚ ਕੰਮ ਚੱਲ ਪਿਆ ਮੇਰੇ ਹਲਕੇ 'ਚ ਬਹੁਤ ਚੱਲਿਆ ਹੋਇਆ ਠੀਕ ਹੈ ਨਾ ਜਿਹੜਾ ਕੰਮ ਮਲੂਕਾ ਕਰਦਾ ਰਿਹਾ ਹੁਣ ਕਾਂਗਰਸ ਨੇ ਸ਼ੁਰੂ ਕਰ ਲਿਆ ਠੀਕ ਆ ਭਾਈ ਰੁਪਏ ਸਾਡੇ ਇੱਕ ਕਾਂਡ ਹੋਇਆ ਗੋਲੀ ਚੱਲੀ ਐ ਆਪਦੇ ਬੰਦੇ ਦੇ ਆਪ ਹੀ ਗੋਲੀ ਮਾਰ ਕੇ 8-10 ਬੰਦੇ ਦੂਜੇ ਪਸਾਤੇ ਦੂਜੀ ਗੱਲ ਮੈਂ ਇਹਨਾਂ ਨੂੰ ਇਹ ਬੜਾ ਰੌਲਾ ਪਾਇਆ ਜਿਹ ਜਿਨੇ ਕੋਈ ਵੋਟ ਪਾਈ ਹੁੰਦੀ ਆ ਆਪਾਂ ਕਹਦੇ ਨਾ ਯਾਰ ਇਹ ਤਾਂ ਯਾਰ ਅਕਾਲੀ ਦਲ ਦਾ ਬੰਦਾ ਸੀ ਨੇ ਅਕਾਲੀ ਨੂੰ ਵੋਟ ਪਾਈ ਆ ਇਹ ਯਾਰ ਝਾੜੂ ਵਾਲਾ ਬੰਦਾ ਸੀ ਨੇ ਝਾੜੂ ਨੂੰ ਵੋਟ ਪਾਈ ਆ ਉਹਨੂੰ ਫਸਾ ਲੋ ਜੇ ਪੰਗਾਲਾਣਾ ਵੱਡਿਆਂ ਨੂੰ ਫੜੋ ਨਾ ਯਾਰ ਕਾਂਗੜ ਮੰਤਰੀ ਬਣ ਗਿਆ ਮੈਂ ਉਹਦੇ ਵਰਕਰਾਂ ਨੂੰ ਕਹਿਣਾ ਹੁੰਦਾ ਮੈਂ ਇਹਦੇ ਹੱਥ ਪਾਣਾ ਨੂੰ ਕਹ ਮਲੂਕੇ ਨੂੰ ਪਾ ਜੇ ਹਿੰਮਤ ਆ ਮਲੂਕੇ ਨੂੰ ਹੱਥ ਪਾ ਬਰਕਰਾਂ ਦੇ ਪਰਚੇ ਕਰਾ ਕੇ ਨਹੀਂ ਨਾ ਗੱਲਾਂ ਬਣਨੀਆਂ ਵੱਡੇ ਵੱਡੇ ਉਹ ਜਿਵੇਂ ਉੱਥੇ ਇੱਕ ਸਤਨਾਮ ਸਾਡੇ ਭਾਈ ਰੂਪਾ ਜਹੇਦਾਰ ਉਹਨੇ ਬੜੀ ਅਗ ਮਚਾਈ ਸੀ ਬੜਾ ਉਹਨੇ ਧੱਕੇਸ਼ਾਹੀਆਂ ਲੋਕਾਂ ਦੇ ਮੁਕਾਦਮੇ ਹੁੰਦੇ ਕਰਾਏ ਆ ਇੱਕ ਸਾਡੇ ਉੱਤੇ ਹਿੰਦਾ ਹਿੰਦਾ ਮਹਾਰਾਜ ਦਾ ਉਹਨੇ ਬੜੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਬੜੇ ਝੂਠੇ ਝਾਟੇ ਮੁਕਾਦਮੇ ਪਾਏ ਆ ਉਹ ਜੇ ਬੰਦਾ ਨੂੰ ਫੜੋ ਜੇ ਫੜਨਾ ਹੈ ਹੋਰ ਬਥੇਰੇ ਇਹ ਜਿਹੇ ਹੈਗੇ ਨੇ ਤੁਸੀਂ ਤਾਂ ਐਵੇਂ ਕਾਮ ਵਰਕਰ ਨੂੰ ਫੜ ਕੇ ਉਹਦੇ ਪਰਚਾ ਪਾ ਕੇ ਝੂਠਾ ਅੰਦਰ ਕਰਾ ਦਿੰਦੇ ਆ ਇੰਨੇ ਨਾਲ ਤੁਸੀਂ ਖੁਸ਼ ਹੋਏ ਫਿਰਦੇ ਹੋ ਨੇ ਵੀ ਅਸੀਂ ਤਾਂ ਬਦਲਾ ਲੈ ਲਿਆ ਜੀ ਬਦਲਾ ਲੈ ਲਿਆ ਉਧਰੋਂ ਸੇਕ ਮਾਰਦਾ ਪੰਦਰਾਂ ਵੱਲੋਂ ਬਾਈਬਲ ਕਾਂਡ ਹੋਇਆ ਗੋਲੀ ਕਾਂਡ ਬਰਗਾੜੀ ਭਾਈ ਤੇਨ ਸਿੰਘ ਮੰਡ ਦਾ ਮੋਰਚਾ ਲੱਗਿਆ ਹੋਇਆ ਉਸ ਮੋਰਚੇ ਤੋਂ ਬਾਅਦ ਸਰਕਾਰ ਨੇ ਕਾਫੀ ਹਲਚਲ ਕੀਤੀ ਹੈ ਜੇ ਪ੍ਰੇਮੀ ਫੜ ਕੇ ਅੰਦਰ ਕੀਤੇ ਆ ਤਾਂ ਉਸ ਮੋਰਚੇ ਤੋਂ ਬਾਅਦ ਹੋਇਆ ਜੇ ਆਪਣਾ ਇਹਨਾਂ ਨੇ ਇੱਕ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਿਠਾਇਆ ਸੀਗਾ ਉਹਦੀ ਰਿਪੋਰਟ ਵੀ ਜਿਹੜੀ ਹੁਣ ਉਹ ਮਿਲਦਾ ਕੈਪਟਨ ਨੇ ਜਿਹੜਾ OCBI ਨੂੰ ਕੇਸ ਦਿੱਤਾ ਸੋ ਉਹ ਵੀ ਨਾ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਇੱਕ ਠੰਡੇ ਵਸਤੇ ਪਾਤੀ ਗੱਲ ਹੈ ਲਮਕਾਤੀ ਗੱਲ ਖੂਚੜ ਸੜਤੀ ਸੀਬਿਆ ਨੂੰ ਕੇਸ ਦੇਤਾ ਵੀ ਆਪੇ 2-4 ਸਾਲ ਚੱਲੀ ਜਾਊਗੇ ਇਹਨਾਂ ਲੋਕ ਭਲ ਭਲਾ ਜਾਣਗੇ ਸੋ ਦਰਸਰ ਬਾਈ ਸਾਡੇ ਲੋਕਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਵੀ ਸਭ ਤੋਂ ਅਹਿਮ ਗੱਲ ਜਿਹੜੀ ਦੇ ਸਾਡੇ ਲੋਕਾਂ ਨੇ ਦਿਮਾਗ 'ਚ ਇਹ ਗੱਲ ਵੜ ਗਈ ਨਾ ਵੀ ਇਹ ਰਲੇ ਹੋਏ ਨੇ ਉਹਦਾਂ ਦੇ ਪੜਾਕੇ ਪਏ ਸਮਝੋ ਹਮ ਹਲੇ ਸਾਡੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਰਲੇ ਹੋਏ ਨੇ ਅੰਦਰੋਂ ਇੱਕ ਨੇ ਹੁਣ ਉਸ ਸਿਸਟਮ ਦੇ ਵਿੱਚ ਮੰਨ ਲਓ ਕਈ ਬੰਦਿਆਂ ਦੇ ਇੱਕ ਸੀ ਆਈਜੀ ਦੇ ਕਿਸੇ ਡੀਜੀਪੀ ਦੇ ਕਈ ਪੁਲਿਸ ਦੇ ਕਈ ਜਿਹੜੇ ਸਿਆਸੀ ਬੰਦੇ ਸੀ ਉਹਨਾਂ ਦੇ ਵੀ ਨਾਂ ਆਉਂਦੇ ਸੀਗੇ ਹਮ ਹੁਣ ਇਹਨਾਂ ਨੇ ਗੱਦ ਨੂੰ ਗੋਲ ਕਰਕੇ ਜਿਹੜੀ ਉਹ ਗੇਂ ਦਾ ਸੀਬੀਏ ਦੇ ਪਾਲੇ ਸੜਤੀ ਵੀ ਹੌਲੀ 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 ਆਪੇ ਰੜਕੀ ਜਾਵਾਂਗੇ ਤੋਂ ਨਾਲੇ ਸਿਆਸਤ ਕਰੀ ਜਾਵਾਂਗੇ ਹਨ ਸੋ ਉੱਥੇ ਸਾਡੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਵੀ ਯਾਰ ਇਹ ਜਿੰਨੇ ਇੱਕ ਪੰਜਾਬ ਲਈ ਮਾੜੇ ਕਾਲੀ ਜਾਂ ਬੀਜੇਪੀ ਵਾਲੇ ਉਦੋਂ ਕਈ ਗੁਣਾ ਜ਼ਿਆਦੇ ਕਾਂਗਰਸੀ ਵੀ ਹੈ ਇਹ ਭੁੱਲ ਜਾ ਵੀ ਸਾਡਾ ਕੋਈ ਇੱਥੇ ਭਲਾ ਕਰੂਗਾ ਇਹ ਤਾਂ ਬਾਈ ਜੀ ਇੱਕ ਹੋਏ ਬੈਠੇ ਆ ਘਿਓ ਖਿਚੜੀ ਹੋਏ ਬੈਠੇ ਆ ਇਹ ਗਲਤ ਦਿਮਾਗ ਚੋਂ ਕੱਢ ਦਿਓ ਇਹ ਤਾਂ ਐਵੇਂ ਹੁਣ ਆ ਪੰਚਾਇਤੀ ਚੋਣਾਂ ਆਉਣੀਆਂ ਅੱਗੇ ਕਾਲੀਆਂ ਦੇ ਧੜੇ ਬਣੇ ਹੁੰਦੇ ਸੀ ਪਿੰਡਾਂ 'ਚ ਹੁਣ ਕਾਂਗਰਸੀਆਂ ਦੇ ਐ ਫਿਰ ਇੱਕ ਬੰਦਾ ਉਧਰ ਪੂ ਚੱਕੀ ਫਿਰਦਾ ਸੀ ਮੈਂ ਸਰਪੰਚ ਬਣਨਾ ਮੈਂ ਸਰਪੰਚ ਬਣਨਾ ਅੱਛਾ ਹੁਣ ਇਹ ਕੀ ਕਰਦੇ ਨੇ ਅੱਗੇ ਕਾਲੀਆਂ ਦਾ ਮੈਂ ਦੇਖਦਾ ਰਿਹਾ ਮਲੂਕੇ ਦਾ ਸਿਸਟਮ ਐ ਦੇਖਿਆ ਕਿ ਪਿਛਲੇ ਸਰਕਾਰ ਸੀਗੀ ਕਾਲੀ ਦਲ ਦੀ ਉਹ ਜੇ ਇੱਕ ਪਿੰਡ 'ਚ ਬਈ ਜੀ ਚਾਰ ਚਾਰ ਬੰਦੇ ਕਾਲੀ ਦਲ ਦੇ ਖੜੇ ਹੋਣ ਨੂੰ ਫਿਰਦੇ ਸੀ ਨਾ ਉਹ ਚਾਰਾਂ ਨੂੰ ਖੁੱਲੀਆਂ ਛੋਟਾਂ ਦੇ ਦਿੰਦਾ ਸੀ ਵੀ ਜਿਹੜਾ ਜਿੱਤ ਕੇ ਆ ਗਿਆ ਮੈਂ ਉਹਨੂੰ ਸਰਪੰਚ ਮੰਨ ਲਊਗਾ ਵੀ ਆਪੇ ਲੋਕ ਲੜੀ ਜਾਣ ਆਪ ਇਹ ਨਹੀਂ ਸੀ ਕਹਿੰਦਾ ਵੀ ਨਹੀਂ ਭਾਈ ਆਹ ਪੁਰਾਣਾ ਬੰਦਾ ਜਾਂ ਆਹ ਸਿਆਣਾ ਬੰਦਾ ਜਾਂ ਸਮਝਦਾਰ ਹੈ ਪੜਿਆ ਲਿਖਿਆ ਹੈ ਇਮਾਨਦਾਰ ਹੈ ਇਹਨੂੰ ਬਣਾਵਾਂਗੇ ਤਾਂ ਕਿ ਪਿੰਡਾਂ ਦਾ ਵਿਕਾਸ ਹੋਵੇ ਉਹੀ ਕੰਮ ਹੁਣ ਕਾਂਗਰਸੀਆਂ ਦਾ ਉਹਨਾਂ ਦੇ ਵਿਚਾਰ ਚਾਰ-ਚਾਰ ਪੰਜ-ਪੰਜ ਢੜੇ ਆ ਪਿੰਡਾਂ 'ਚ ਉਹ ਵੀ ਉਹਨਾਂ ਨੇ ਵੀ ਕਹਿ ਰੱਖਿਆ ਬਈ ਜਿੱਤ ਕੇ ਆ ਗਿਆ ਸੀ ਉਹਨੂੰ ਸਰਪੰਚ ਮੰਨ ਲਾਂਗੇ ਤਾਂ ਕਿ ਲੋਕ ਦੂਜੇ ਨਾਰਾਜ਼ ਵੀ ਨਾ ਹੋਣ ਤੇ ਆਸਮੈ ਲੜਨ ਵੀ ਹੁਣ ਕਤਲ ਬਈ ਜੀ ਆਏ ਸਾਲ ਮੈਂ ਬੋਲਿਆ ਸੀ ਅੱਗੇ ਵੀ ਇੱਕ ਚੈਨਲ ਤੇ ਕਿ ਕਤਲ ਹੁੰਦੇ ਆ ਪੰਚਾਇਤੀ ਚੋਣਾਂ 'ਚ ਕਤਲ ਹੁੰਦਾ ਕਿਦਾਂ ਭਰਾ ਨੂੰ ਭਰਾ ਮਾਰ ਦਿੰਦਾ ਪਿੰਡ ਦਾ ਗਮਾਂਡੀ ਗਮਾਂਡੀ ਨੂੰ ਮਾਰ ਦਿੰਦਾ ਸਰਪੰਚੀ ਦੀਆਂ ਵੋਟਾਂ ਪਿੱਛੇ ਬਹੁਤ ਸਾਰੇ ਕਤਲ ਇਹ ਜੇ ਮੇਰੇ ਹਲਕੇ 'ਚ ਵੀ ਇਸ ਤਰ੍ਹਾਂ ਪਹਿਲਾਂ ਪੰਚਾਇਤੀ ਚੋਣਾਂ ਵੇਲੇ ਵੀ ਹੋਏ ਆ ਤੇ ਹੁਣ ਵੀ ਪੰਜਾਬ 'ਚ ਹੋਣਗੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਯਾਰ ਤੁਸੀਂ ਇਹ ਤਾਂ ਸੋਚ ਲਓ ਪਹਿਲੇ ਮਾਨਸੋ ਕਦੇ ਇਹਨਾਂ ਲੀਡਰਾਂ ਦੇ ਪਰਿਵਾਰ ਚੋਂ ਕੀ ਮਰਿਆ ਹੈ ਇਹਨਾਂ ਤੇ ਕੋਈ ਮੁਕੱਦਮਾ ਦਰਜ ਹੋਇਆ ਸਾਡੇ ਲੋਕ ਹੀ ਕਿਉਂ ਲੜਦੇ ਨੇ ਕਿਉਂ ਮਰਦੇ ਨੇ ਕਿਉਂ ਜੇਲਾ 'ਚ ਜਾਂਦੇ ਨੇ ਇਹ ਸਾਨੂੰ ਸਮਝ ਲੈਣਾ ਚਾਹੀਦਾ ਵੀ ਇਹ 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 ਬਈ ਜੀ ਦੇਖੋ ਇਹ ਐਡੇ ਗੰਦੇ ਹੁੰਦੇ ਆ ਮੈਂ ਇਹਨਾਂ ਦਾ ਦੇਖਿਆ ਸਿਸਟਮ ਜੇ ਦੋ ਭਰਾ ਲੜ ਪਏ ਨਾ ਇੱਕ ਨੂੰ ਤਾਂ ਇਹ ਹੱਥ ਨੇ ਸੱਦ ਲੈਂਦੇ ਆ। ਹੂੰ। ਵੀ ਆ ਜਾ ਬਾਈ ਉਹਦੇ ਹੱਕ 'ਚ ਵੀ ਥਾਣੇ 'ਚ ਫੋਨ ਕਰ ਦਿੰਦੇ ਆ। ਦੂਜੇ ਨੂੰ ਉਹ ਇਹ ਤੜਕੇ ਕਿ ਦਿੰਦੇ ਰ ਸਵੇਰੇ ਸੱਦ ਲੈਂਦੇ ਆ। ਉਹਦੇ ਹੱਕ 'ਚ ਵੀ ਕਰ ਦਿੰਦੇ ਆ। ਦੋਨਾਂ ਨੂੰ ਖੁਸ਼ ਕਰ ਲੈਂਦੇ ਆ। ਦੋਨਾਂ ਨੂੰ ਇਹ ਟਕਾ ਨਹੀਂ ਕਰਾਉਂਦੇ ਵੀ ਰਾਇਨਾਮਾ ਕਰਾ ਦਗੇ ਯਾਰ ਕਿਉਂ ਭਰਾ ਭਰਾ ਲੜ ਰਹੇ ਆ ਕਿਉਂ ਇਹਨਾਂ ਨੂੰ ਆਪਾਂ ਬਰਬਾਦ ਕਰਦੇ ਆ। ਨਹੀਂ ਇਹਨਾਂ ਨੂੰ ਇਹ ਹੁੰਦਾ ਵੀ ਜੇ ਇਹ ਲੜਨਗੇ ਤਾਂ ਸਾਡੇ ਆਖੇ ਪੈਰੀਂ ਡਿੱਗਣਗੇ। ਲੋਕਾਂ ਦਾ ਕੰਮ ਹੀ ਇਹੋ ਆ। ਬਿਲਕੁਲ। ਬਹੁਤ ਧੰਨਵਾਦ ਇਸ ਬੇਬਾਕੀ ਦੇ ਨਾਲ ਗੱਲਬਾਤ ਕਰਨ ਵਾਸਤੇ ਲੱਖਾ ਸੁਧਾਨਾ ਜੀ ਸਮਾਂ ਦਿੱਤਾ ਤੁਸੀਂ ਔਰ ਬਹੁਤ ਬੇਬਾਕੀ ਨਾਲ ਆਪਣੀ رائے ਰੱਖੀ ਹੈ ਠੀਕ ਹੈ ਬਈ ਜੀ ਤੁਹਾਡਾ ਮਿਹਰਬਾਨੀ ਕਿ ਆਪਾਂ ਚਲੋ ਗੱਲਾਂ ਬਾਤਾਂ ਤੁਹਾਡੇ ਜਰੀਏ ਜਿਹੜੀ ਮੇਰੀ ਆਵਾਜ਼ ਆ ਉਹ ਲੋਕਾਂ ਤੱਕ ਜਾਊਗੀ ਕੋ ਚੰਗੀ ਗੱਲ ਕਿਸੇ ਨੌਜਵਾਨ ਦੇ ਚਲੋ ਖਾਨੇ ਪਵੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਮਾੜਾ ਮੁੱਟਾ ਜਿਹੜਾ ਪੰਜਾਬ ਬਰਬਾਦ ਹੋ ਚੁੱਕਿਆ ਉਹ ਬਚ ਰਵੇ ਲਾਸਟ ਬਈ ਮੈਂ ਅਖੀਰ ਦੇ ਵਿੱਚ ਸਨੇਹਾ ਤੁਹਾਡੇ ਚੈਨਲ ਰਾਹੀਂ ਦੇਣਾ ਚਾਹੁੰਦਾ ਲੋਕਾਂ ਨੂੰ ਪੰਜਾਬ ਦੇਆਂ ਨੂੰ ਕਿ ਅਸੀਂ ਇੱਕ ਤਾਈ ਗੱਲ ਦਿਮਾਗ ਚੋਂ ਕੱਢਦੇ ਹਾਂ ਕਿ ਸਾਨੂੰ ਕੋਈ ਲੀਡਰ ਕੋਈ ਬਚਾਉਣ ਆਊਗਾ ਕੋਈ ਸਰਕਾਰ ਸਾਨੂੰ ਬਚਾਊਗੀ ਇਹ ਤਾਂ ਸਾਨੂੰ ਆਪ ਉੱਠਣਾ ਪੈਣਾ ਹੈ ਹਰ ਬੰਦੇ ਨੂੰ ਆਪਣਾ ਫਰਜ਼ ਨੂੰ ਪਹਿਚਾਣਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਕਿ ਮੈਂ ਇਸ ਪੰਜਾਬ ਨੂੰ ਬਚਾਉਣ ਦੇ ਲਈ ਕਿੰਨਾ ਕੁ ਯੋਗਦਾਨ ਪਾ ਸਕਦਾ ਹਾਂ ਅਸੀਂ ਹੁਣ ਉਹ ਛੱਡ ਦਈਏ ਗੱਲਾਂ ਵੀ ਇੱਕ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਗੱਲ ਵੀ ਚਲੋ ਜੇ ਅਰੇ ਅੱਗੇ ਲੱਗਿਆ ਤਾਂ ਇਹੀ ਹੁਣ ਸਾਰਾ ਕੁਝ ਕਰੂਗਾ ਹੁਣ ਜਿਵੇਂ ਆਪ ਬਾਈ ਜੀ ਪੰਜਾਬੀ ਵਾਲੀ ਗੱਲ ਕੀਤੀ ਹੈ ਪੰਜਾਬੀ ਬੋਲੀ ਵਾਲੀ ਗੱਲ ਆ ਹਨਾ ਹੁਣ ਸਾਰੇ ਪੰਜਾਬ ਚ ਇੰਨੀ ਫੋਨ ਕਰਨ ਲੱਗ ਜਾਂਦੇ ਆ ਭਾਈ ਸਾਡੇ ਸਕੂਲ ਚ ਵੀ ਆਏ ਆ ਸਾਡੇ ਚ ਵੀ ਆਏ ਆ ਉਹ ਮਾਹ ਭਲੇ ਮਾਨਸੋ ਮੈਂ ਇਕੱਲਾ ਕਿੱਥੇ ਕਿੱਥੇ ਲੜੂੰਗਾ ਜਾ ਕੇ ਪੰਜਾਬ ਦਾ 5000 ਸਕੂਲ ਹੈ ਹਾਂ ਤੁਸੀਂ ਇੱਥੇ ਲੋਕ ਇਕੱਠੇ ਕਰ ਲਓ ਹਲਕਾ ਜਿਹੜੇ ਤੁਸੀਂ ਲੋਕਲ ਲੋਕ ਹੋ ਉਹ ਇਕੱਠੇ ਹੋ ਜਾਓ ਮੈਂ ਆਜੂਗਾ ਹੁਣ ਇਹ ਤਾਂ ਹੈ ਨਹੀਂ ਵੀ ਮੈਂ ਬਟਿੰਡੋਂ ਚੱਲ ਕੇ ਜਲੰਧਰ ਜਾ ਮੈਂ ਅੰਮ੍ਰਿਤਸਰ 500 ਬੰਦਾ ਲੈ ਕੇ ਵਗ ਜਾ ਰੋਜ਼ ਮੈਂ ਕਿੱਥੋਂ ਤੁਰਿਆ ਫਿਰੂੰਗਾ ਸੋ ਸਾਡੇ ਲੋਕਾਂ ਦੀ ਇੱਕ ਆਦਤ ਬਣ ਗਈ ਵੀ ਜਿਹੜਾ ਬੰਦਾ ਅੱਗੇ ਲੱਗਿਆ ਹੁਣ ਏਹੀ ਲੜੇ ਏਹੀ ਮਰੇ ਸਾਰਾ ਸਾਨੂੰ ਏਹੀ ਕਰਕੇ ਦੇਵੇ ਲੜਾਈ ਬਾਈ ਜੀ ਮੇਰੇ ਇਕੱਲੇ ਦੇ ਲੜਨ ਵਾਲੀ ਨਹੀਂ ਹੈਗੀ ਲੜਾਈ ਸਾਡੇ ਪੰਜਾਂ ਦਸਾਂ ਬੀਹਾਂ ਦੇ ਲੜਨ ਵਾਲੀ ਨਹੀਂ ਹੈਗੀ ਲੜਾਈ ਬਹੁਤ ਵੱਡੀ ਹੈ ਜੇ ਪੰਜਾਬ ਬਚਾਉਣਾ ਅੱਜ ਪੰਜਾਬ ਸਾਡਾ ਹਰ ਪੱਖ ਤੋਂ ਮਰ ਚੁੱਕਿਆ ਬਾਈ ਜੀ ਗੱਲਾਂ ਬਾਤਾਂ ਦੀ ਸੀ ਗੱਲਾਂ ਕਰਕੇ ਮੈਂ ਛੋਡੇ ਕੋਲ ਚੈਨਲ ਤੇ ਬੈਠ ਕੇ ਗੱਲਾਂ ਮਾਰ ਕੇ ਛੱਡਦੇ ਆ ਕੋਈ ਲੀਡਰ ਸਟੇ ਤੇ ਜੜ ਕੇ ਲੋਕਾਂ ਨੂੰ ਗਮਰਾਹ ਕਰਕੇ ਛੱਡੀ ਜਾਵੇ ਐ ਗੱਲਾਂ ਨਾਲ ਹੁਣ ਗੱਲ ਨਹੀਂ ਬਣਨੀ ਇਹ ਤਾਂ ਅਸੀਂ ਬਹੁਤ ਸਾਡਾ ਇਹ ਪੰਜਾਬ ਬਰਬਾਦੀ ਵਾਲੇ ਪੱਖ ਤੋਂ ਅਸੀਂ ਬਹੁਤ ਗਾਹਾਂ ਲੰਘੇ ਆ ਇਹ ਤਾਂ ਸਾਨੂੰ ਉੱਠਣਾ ਪੈਣਾ ਹੈ ਉੱਠ ਕੇ ਘਰਾਂ ਤੋਂ ਨਿਕਲਣਾ ਪੈਣਾ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੀ ਹਾਂ ਯ ਮੈਂ ਲੜੂੰਗਾ ਮੈਂ ਮਰੂੰਗਾ ਆਪਣੀ ਜਾਨ ਦੇਣ ਨੂੰ ਤਿਆਰ ਐ ਇਸ ਪੰਜਾਬ ਲਈ ਫਿਰ ਇਹ ਬਚੂਗਾ ਤੇ ਨਹੀਂ ਅਸੀਂ ਭੁੱਲ ਜਗੇ ਸਾਡਾ ਪੰਜਾਬ ਬਚੂਗਾ ਤੇ ਅਸੀਂ ਇਤਿਹਾਸ ਦਾ ਫਰਦੀ ਪੰਨਾ ਬਣ ਜਾਣਾ ਬਈ ਜੀ ਮਿਊਜ਼ੀਅਮਾਂ ਦੇ ਵਿੱਚ ਅਜਾਇਬ ਘਰਾਂ ਦੇ ਸਾਡੀਆਂ ਗਲੀਆਂ ਤਸਵੀਰਾਂ ਲੱਗੀਆਂ ਰਹਿ ਜਾਣਗੀਆਂ ਫਿਰ ਵੀ ਇੱਥੇ ਕੋਈ ਪੰਜਾਬੀ ਲੋਕ ਤੇ ਪੰਜਾਬੀ ਸੂਬਾ ਹੋਣਾ ਕਰਦਾ ਸੀ ਬਿਲਕੁਲ ਆ ਮਹਾਨ ਰਾਈਟਰ ਰਸੂਲ ਹਮਜ਼ਾ ਤੋਵ ਨੇ ਲਿਖਿਆ ਹੈ ਕਿ ਹਥਿਆਰ ਜੋ ਜ਼ਿੰਦਗੀ ਚ ਚਲਾਉਣੇ ਇੱਕ ਵਾਰ ਹੁੰਦੇ ਆ ਰੱਖਣੇ ساری ਉਮਰ ਪੈਂਦੇ ਆ ਇਹਨਾਂ ਗੱਲਾਂ ਦੇ ਉੱਤੇ ਕਿਤੇ ਨਾ ਕਿਤੇ ਲੱਖਾਂ ਸਦਾਣਾ ਦੀ ਫਲਸਫੀ ਵੀ ਪਰਵਾਨ ਚੜਦੀ ਦਿਖਾਈ ਦਿੰਦੀ ਹੈ ਕੈਮਰਾ ਪਰਸਨ ਦੇਸ ਰਾਜ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਬਠਿੰਡਾ